उज्जैना 1887। ये बड़ा कीमती हीरा है, देखना वेख। अब्बा जी, नूरपुर प्रॉपर्टी का खाता आया वा। देखो ओदी तस्वीर। मेरे वास्ते तो हुण मर गया। तुलो भी तुलो मेरियो बत्रियो, ध्यान ना थलो जो अपनी अपनी जगह ते। जिरा तानो तो ही तुष्ट वे ओदी तुसी तौन ला देनी, मैं आपे निपल लांदा। हीला तिथे लथे आउणा ताते ने इधर ला। हिली ना हुण फेर ना कहीं। ताता हीला ते अज मैं लैटे ही जाना। मैं तेरी तिंद तुंद भांदे नहीं, मैं तैनूं दस दित्ता ई। ओए तुरी, ताता दी किते मंदनी मुंदनी तीती ते नहीं? ਤੈਨੂੰ ਮੈਂ ਤਿਆ ਸੀ, ਮੈਨੂੰ ਨਾ ਪੰਦਾ ਲੈ। ਦਾਤਾ ਮੈਨੂੰ ਤੇਰੀ ਜਾਨ ਨੇ ਤਿਆ ਸੀ ਨੂੰ ਮਾਰਤੇ। ਦਾਤਾ ਥੋੜਾ ਤਾਂ ਬਾਹਰ ਰਹਿ ਗਿਆ ਸੀ। ਆ ਦੇ ਦੇ ਦਾਤਾ। ਅੱਬਾ ਜੀ, ਓਏ ਪਾਲੋ ਇਹਨੂੰ। ਇਨੀ ਤੁੱਤ ਥਾਦੀ ਬੰਦਾ ਵੇਲੇ ਹੀ ਦੇ ਦਿੰਦਾ। ਚਲੋ ਮੇਰੀ ਉਹ ਬੱਤਰੀਓ, ਪਿੱਥੇ ਪਿੱਥੇ ਆ ਦੋ। ਓਏ ਮੈਨੂੰ ਨਵਾ ਕੇ ਦਫਨਾਇਓ, ਉਹਨੂੰ ਕਹਿ ਦੇਈ ਤੁਹਾਨੂੰ ਸਾੜ ਨਾ ਦੇਗੇ। ਮਰੇ ਸੁਣ, ਆ ਡੱਬੀ ਆਪਣੇ ਭਰਾ ਨੂੰ ਦੇ ਦੇ ਤੇ ਉਹਨੂੰ ਕਹੀ ਇਹ ਚ ਮੇਰੀ ਨਸਵਾਰ ਆ, ਸੰਭਾਲ ਕੇ ਰੱਖੇ। ਸਮਝ ਗਈ ਆ ਗੱਲ ਕਾਕੀ? ਅਮਰੀਕਾ ਦਾ ਸ਼ਹਿਰ ਨੂਰਪੁਰ ਖਾਸ।
ਉਹ ਕੀ ਪੜ੍ਹੀ ਜਾਣਾ? ਓਏ ਮੈਂ ਉਮਰੋ ਯਾਰ ਦੀ ਕਿਤਾਬ ਪੜ੍ਹੀ, ਬੜਾ ਮਜ਼ਾ ਆਇਆ ਜੀ। ਉਹ ਪੱਟੀ ਬੜਾ ਨੈਸ਼ ਬੰਦਾ ਜੀ, ਉਹ ਨਿੱਕੀ ਜਿਹੀ ਜ਼ਮੀਨ ਦੇ ਵਿੱਚੋਂ ਪਤਾ ਨੀ ਕੀ ਕੀ ਕੱਢੀ ਜਾਂਦਾ ਜੀ, ਸਾਰਿਆਂ ਨੂੰ ਕੱਲਾ ਹੀ ਮੁੱਕੀਆਂ ਪੇਲੀ ਜਾਂਦਾ ਜੀ। ਉਹ ਬਸ ਕਰ ਤੂੰ ਯਾਰ, ਮੈਂ ਤੇਰੇ ਨਾਲ ਮਜ਼ਾਕ ਕਰਨੇ ਆ। ਅਗਲੇ ਨੇ ਯਾਰ ਤਲਵਾਰ ਕੱਢ ਕੇ ਸਿੱਧਾ ਅਗਲੇ ਦਾ ਸਿਰ ਲਾ ਤਾ, ਵਿੱਚ ਲਿਖਿਆ ਮੈਂ ਤੈਨੂੰ ਕੋਲੋਂ ਕਹਿੰਦੇ ਆ, ਮੈਨੂੰ ਪਤਾ ਜਿਹੜਾ ਵਿੱਚ ਲਿਖਿਆ ਇਹ ਤੇਰੇ ਯਾਰ ਨੇ ਕਿਤਾਬ ਲਿਖੀ ਹੈ। ਅਗਲੇ ਨੇ ਸਿੱਧੀਆਂ ਗਾਲਾਂ ਕੱਢੀਆਂ ਤੈਨੂੰ। ਮੈਨੂੰ? ਹੋਰ ਮੈਨੂੰ? ਮੈਨੂੰ ਕੱਢਦਾ ਤੇ ਮੈਂ ਭਾਈ ਸੁਣ ਲੈਣੀਆਂ ਸੀ। ਗੌਰ ਨਾ ਪੜ, ਮੈਨੂੰ ਨੀ ਕੱਢੀਆਂ ਹੋਣੀਆਂ, ਕਿਸੇ ਹੋਰ ਨੂੰ ਕੱਢੀਆਂ ਹੋਣੀਆਂ। ਉਹ ਯਾਰ ਤੈਨੂੰ ਹੀ ਕੱਢੀਆਂ ਵਾ, ਉਹਨੇ ਉੱਤੇ ਆਪਣਾ ਨਾਮ ਹੀ ਲਿਖਿਆ ਵਾ। ਪੜ ਜ਼ਰਾ ਇੱਧਰ, ਇੱਧਰ ਗੌਰ ਕਰਦਰਾ, ਤੇਰਾ ਨਾਮ ਬਾਹੂ ਉੱਤੇ ਲਿਖਿਆ ਵਾ। ਉਹ ਯਾਰ ਗੱਲ ਤੇ ਸੁਣ, ਉਹ ਖੈਰ ਆ, ਉਹ ਖੈਰ ਹੀ ਆ ਯਾਰ, ਉਹ ਗਲਤੀ ਚਾਹੁੰਦਾ ਭਾਈ, ਅਜੇ ਫੇਰ ਤੇਰੀ ਮਸ਼ੂਕ ਨਹੀਂ ਆਈ। ਕੋਈ ਨੀ ਯਾਰ, ਤੂੰ ਰੋਜ਼ ਆ ਕੇ ਉਹਦਾ ਪੁੱਛਦਾ, ਉਹਨੇ ਹੁਣ ਨਹੀਂ ਆਉਣਾ, ਭੁੱਲ ਜਾ ਹੁਣ। ਮੈਨੂੰ ਪਤਾ ਉਹਨੇ ਹੁਣ ਕਦੀ ਵੀ ਨਹੀਂ ਆਉਣਾ, ਪਰ ਫੇਰ ਵੀ ਸ਼ਾਇਦ। ਇਹ ਭਾਜੀ ਕੁੜੀ ਡੱਬਾ ਦੇ ਕੇ ਗਈ ਤੁਹਾਡੇ? ਉਹ ਵੇਖੀ ਭਾਈ ਬੰਬ ਹੀ ਨਾ ਹੋਵੇ, ਉਹ ਬਕਵਾਸ ਬੰਦ ਕਰ ਲਾ। ਏ ਨਸਵਾਰ ਵਾਲੀ ਡੱਬੀ, ਓਏ ਅੱਬਾ ਮਰ ਗਿਆ। ਹੈਗਾ ਤੂੰ ਘੋੜਾ ਬੈਠਾ ਕੁੱਤਿਆਂ ਨੂੰ, ਉਹ ਬੰਦਾ ਕ ਬੰਦਾ ਤੇ ਵੇਖ ਲਿਆ ਕਰ, ਬਾਜ਼ਾਰ ਚ ਸ਼ੁਰੂ ਹੋ ਜਾਂਦਾ, ਪਤਾ ਨੀ ਲੱਗਦਾ ਤੈਨੂੰ। ਉਹ ਯਾਰ ਪਿਸਤੌਲ ਲੈ ਲਾ, ਮੁਹੱਲੇ ਦੀਆਂ ਕੁਕੜੀਆਂ ਛੁਕੜੀਆਂ ਮਾਰਦਾ ਨਹੀਂ, ਤੇ ਮੈਂ ਹੁਣ ਚੱਲਾਂ। ਮਿਹਰਬਾਨੀ ਭਾਜੀ, ਇੱਧਰੋਂ ਵੈਗਣਾ ਜਾਂਦੀਆਂ ਜੇ ਤੇ ਇੱਧਰੋਂ ਬੱਸਾਂ ਜਾਂਦੀਆਂ। ਮੇਰੇ ਕੋਲ ਆਪਣਾ ਘੋੜਾ ਹੈਗਾ ਯਾਰ, ਮੈਂ ਆਪਣੇ ਘੋੜੇ ਤੇ ਚੱਲ ਜਾਂਗਾ, ਤੂੰ ਟੈਨਸ਼ਨ ਨਾ ਲੈ, ਮੈਂ ਚੱਲ ਜਾਂਗਾ। ਮੈਨੂੰ ਭਾਜੀ ਟੈਨਸ਼ਨ ਲੈਣ ਦੀ ਕਿਹੜੀ ਲੋੜ ਹੈ, ਦੱਸੋ ਹਜ਼ਾਰਾ ਤੁਸੀਂ ਮੈਨੂੰ ਹੈ। ਮੈਨੂੰ ਪਤਾ ਤੁਸੀਂ ਆਪਣੇ ਯਾਰ ਕੋ ਚੱਲੇ ਜੀ, ਉਹਦੇ ਕੋਲ ਬੜੇ ਪੈਸੇ ਨੇ ਭਾਜੀ, ਮੈਂ ਜਾਣਦਾ। ਜਿੰਨੇ ਮਰਜ਼ੀ ਹੋਣ, ਮੈਂ ਤੇ ਆਪਣੇ ਲੈਣੇ ਨੇ, ਮੇਰਾ ਯਾਰ ਆ, ਮੈਂ ਉਹਨੂੰ ਬੜੀ ਚੰਗੀ ਤਰ੍ਹਾਂ ਜਾਣਦਾ। ਲਓ ਬੇ ਕੁੜੀਓ, ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ। ਮੈਂ ਤੇ ਮੇਰਾ ਇੱਕ ਯਾਰ ਹੁੰਦਾ ਸੀ ਪੱਟੀ, ਸਾਡੀ ਇੱਕ ਦਿਨ ਹੋ ਪਈ ਲੜਾਈ, ਉਹ 40-50 ਹਜ਼ਾਰ ਬੰਦਾ ਤੇ ਅਸੀਂ ਦੋਵੇਂ। ਮੈਂ ਪੱਟੀ ਨੂੰ ਕਿਹਾ, ਮੈਂ ਕਿਹਾ ਨਿਕਲੋ ਤੂੰ, ਮੈਂ ਸੰਭਾਲ ਲਾਂਗਾ ਇਹਨਾਂ ਨੂੰ ਸਾਰਿਆਂ ਨੂੰ। ਉਹ ਤੇ ਗਿਆ ਨਿਕਲ, ਮੇਰੇ ਕੋ ਸੀ ਫਿਰ ਪਿਸਤੌਲ, ਮੈਂ ਫਿਰ ਕੱਢਿਆ ਫੈਰ। ਕਿਉਂ? ਬੰਦੂਕਾਂ ਕੱਢ ਲਈਆਂ ਸਾਰਿਆਂ ਨੂੰ, ਉੱਥੇ ਇੰਨੀ ਫਾਇਰਿੰਗ ਹੋਈ ਫਿਰ, ਪਰ ਮੈਨੂੰ ਇੱਕ ਗੋਲੀ ਨਹੀਂ ਵੱਜੀ। ਓ ਏਡਾ ਵੱਡਾ ਝੂਠ, ਨਾ ਸਾਨੂੰ ਤੂੰ ਬੇਵਕੂਫ ਸਮਝਦਾ ਓਏ। ਓਏ ਤੁਹਾਨੂੰ ਪਤਾ ਮੈਨੂੰ ਸ਼ੁਗਲ ਕਰਨ ਦੀ ਬੜੀ ਭੈੜੀ ਆਦਤ ਆ, ਤੁਸੀਂ ਦਿਲ ਨੂੰ ਲਾ ਲਈ ਆ। ਇੱਕ ਲੈਮਨ ਦੀ ਬੋਤਲ ਹੀ ਮੰਗਾ ਲਾ। ਫਿਰ ਦੀ ਤੂੰ ਕਿਸੇ ਹੋਰ ਦੇ ਨਾਲ ਆ ਤਾਂ ਲੈਵਾਂ ਤੈਨੂੰ ਮੈਂ ਪਿਆਵਾਂ। ਬਹਿਣਾ ਤੇ ਆਰਾਮ ਨਾਲ ਬਹਿ, ਨਹੀਂ ਤੇ ਨਿਕਲ ਜਾ ਚੁੱਪ ਕਰਕੇ, ਮੇਰੀ ਭੈਣ ਇੱਥੋਂ 3 ਮਿੰਟਾਂ ਬਾਅਦ ਮੈਨੂੰ ਲੈਮਨ ਦੀ ਬੋਤਲ ਮੰਗਾ ਦਿਓ ਜੀ। ਏਡਾ ਸੋਹਣਾ ਹੋਟਲ, ਤੁਹਾਡੇ ਨਾਲ ਲੈਮਨ ਪੀਣ ਦਾ ਮਜ਼ਾ ਹੀ ਹੋਰ ਆ। ਬਟ ਮੈਨੂੰ ਵੱਡੀ ਤੇ ਜੁੱਤੀ ਲੈ ਕੇ ਦੇਣੀ, ਮੈਂ ਤੈਨੂੰ ਦੱਸਦਾ ਏ। ਠੰਡੀਆਂ ਠੰਡੀਆਂ ਚਾਬੀਆਂ ਕਿੱਧਰ ਆਤੀਆਂ ਜੇ? ਖਾਤਾ ਤਾਂ ਖਿਚੜੀ, ਪੀਤਾ ਤਾਂ ਪਾਣੀ। ਬੁਲਬੁਲ ਕਾ ਬੱਚਾ, ਖਾਤਾ ਤਾਂ ਖਿਚੜੀ, ਪੀਤਾ ਤਾਂ ਪਾਣੀ। ਓਏ ਆ, ਓਏ ਪੱਟੀ, ਇੰਨੀ ਦੇਰ ਬਾਅਦ ਕਿੱਥੋਂ ਆਇਆ ਤੂੰ? ਮੈਨੂੰ ਦੱਸ। ਬੜਾ ਸੂਟ ਸ਼ੂਟ ਪਾਇਆ ਈ ਓਏ। ਓਏ ਤੂੰ ਦੱਸ ਮਾਮਾ, ਖੈਰ ਨਾ ਆਇਆ ਵਾ? ਯਾਰ ਮੈਂ ਤੇਰੇ ਕੋ ਆਪਣੇ ਪੈਸੇ ਲੈਣਾ ਆ। ਓ ਮਾਮਾ, ਤੂੰ ਕੀ ਸਮਝਦਾ ਮੈਂ ਇੱਥੇ ਮੈਚ ਕਰਾਉਣਾ ਤੇ ਹੋਰ ਤੇਰਾ ਪਿਓ ਕਰਾਉਂਦਾ? ਅੱਛਾ ਅੱਛਾ, ਉਹ ਪੈਸੇ
ਉਹ ਪੈਸੇ ਯਾਰ ਮੈਂ ਤੈਨੂੰ ਦੇ ਦਿਆਂਗਾ, ਮੇਰੇ ਕੋ ਆਇਆ ਆਰਾਮ ਨਾਲ ਰਹਿ ਖਾ ਪੀ, ਕੱਲ ਨੂੰ ਲੈ ਲਈ ਮੇਰੇ ਕੋ, ਕੱਲ ਨੂੰ ਮੈਂ ਦੇ ਦਿਆਂਗਾ। ਅੱਜ ਹੀ ਚਾਹੀਦੇ ਮੈਨੂੰ ਪੈਸੇ। ਓਏ ਅੱਜ ਮੈਂ ਕਿੱਥੋਂ ਦਵਾਂ ਭਾਈ, ਕੱਲ ਨੂੰ ਲੈ ਲਈ। ਉਹ ਮੈਨੂੰ ਨਹੀਂ ਪਤਾ ਭਾਈ, ਮੇਰਾ ਪਿਓ ਕਤਲ ਹੋ ਗਿਆ ਵਾ। ਇੰਨਾ ਲਿਲਾਹੇ ਵਾ ਇੰਨਾ ਲੈ ਰਾਜੀਉਨ, ਦੁਆਵਾਂ ਨਾ ਦੇ, ਮੈਂ ਝੁੰਮਰੇ ਜਾਣਾ ਵਾ, ਮੈਨੂੰ ਪੈਸੇ ਦੇ ਦੇ ਬਸ। ਉਹ ਯਾਰ ਬਹਿ ਕੁਛ ਖਾ ਪੀ ਤੇ ਲਾ। ਯਾਰ ਮੈਂ ਨੀ ਕੁਛ ਕਹਾਂ, ਮੇਰੀ ਭੈਣ ਉੱਥੇ ਡੀਕਦੀ ਹੋਣੀ, ਮੈਨੂੰ ਪੈਸੇ ਦੇ। ਓਹੋ ਪਿਓ ਮਰ ਗਿਆ, ਪੈਸੇ ਭੈਣ ਪਿਓ, ਮੈਂ ਤੇ ਤੂੰ ਟੈਨਸ਼ਨ ਚ ਪਾਤਾ। ਉਹ ਸਹੀ ਸਹੀ ਦੱਸ ਤੇ ਨਾ ਹੋਇਆ ਕੀ ਆ, ਮੈਨੂੰ ਤੇ ਲੱਗਦਾ ਤੂੰ ਕਿਤੇ ਜੂਆ ਛੂਆ ਖੇਡਦਾ। ਜੂਆ? ਮੈਂ ਕਦੀ ਜੂਆ ਖੇਡਿਆ? ਓਏ ਮੇਰੇ ਨਾਲ ਆਰਾਮ ਨਾਲ ਗੱਲ ਕਰ, ਉੱਚੀ ਨਾ ਬੋਲ। ਜੂਏ ਦੀ ਵਜ੍ਹਾ ਤੋਂ ਤੇਰੇ ਪਿਓ ਨੇ ਤੈਨੂੰ ਘਰੋਂ ਕੱਢਿਆ। ਪੈਸੇ ਲੈਣੇ ਤੇ ਮੇਰੇ ਕੋਲ ਇੱਕ ਤਰੀਕਾ ਹੈਗਾ ਵਾ, ਕੱਪੜੇ ਵੀ ਪਾਏ ਆ ਮੇਰੇ ਨਾਲ, ਪੈਸੇ ਮਿਲ ਜਾਣਗੇ ਨਾ। ਓਏ ਮਾਮਾ ਮਿਲ ਜਾਣਗੇ, ਇੰਨੀ ਰੋਟੀ ਖਾ ਲਈ, ਜ਼ਬਾਨ ਬਾਹਰ ਆ ਗਈ ਤੇਰੀ। ਬਸ ਤੇਰਾ ਕੰਮ ਜਿੱਦਾਂ ਮੈਂ ਕਹੀ ਜਾਵਾਂ ਉਦਾਂ ਕਰੀ ਜਾਣਾ, ਠੀਕ ਹੈ? ਖਾਪਣਾ ਪਾ ਹੁਣ। ਬਟ ਸਾਹਿਬ ਭਾਂਡੇ ਵੀ ਧੋ ਲਓ ਜਾ ਕੇ ਹੁਣ। ਓਏ ਤੂੰ ਇੱਥੇ ਮੁਲਾਜ਼ਮ ਆ? ਓਏ ਐਵੇਂ ਬਕਵਾਸ ਕਰਨ ਦਿਆ ਯਾਰ, ਮੈਂ ਕੱਪੜੇ ਇਹਨਾਂ ਅੱਗੇ ਪਾਏ ਨਾ ਤੇ ਇਹਨੇ ਸਮਝਿਆ ਪਤਾ ਨੀ ਮੈਂ ਵੀ ਵੇਟ ਰਹੀ ਹਾਂ। ਫੜੋ ਭਾਈ ਆਪਣੇ ਪੈਸੇ, ਰੁਪਈਏ ਦਾ ਨਹੀਂ ਆਉਂਦਾ ਗੋਲ ਲਈ। ਇਹਨਾਂ ਦਾ ਦਿਮਾਗ ਖਰਾਬ ਹੋ ਗਿਆ, ਇਹਨਾਂ ਨੂੰ ਸਮੇਂ ਨਹੀਂ ਲੱਗਦੀ ਪਈ। ਮੈਂ ਤੇ ਵੱਡੀ ਯਕੀਨ ਕਰ, ਹੁਣ 2200 ਰੁਪਏ ਦੀ ਰੋਟੀ ਖਾ ਕੇ ਡਿਆ ਯਾਰ। ਕਿਸੇ ਦੇ ਪੱਲਿਓ ਹਨਾ, 50 ਰੁਪਏ ਹੈਗੇ ਤੇਰੇ ਕੋ ਫੜਾਏ ਮੈਨੂੰ। ਓਏ ਤੈਨੂੰ ਮੈਂ ਉੱਥੇ ਲੈ ਕੇ ਜਾਵਾਂਗਾ ਜਿੱਥੇ ਭੁੰਡੀ ਪੁੱਛ ਕੁਛ ਨਾ। ਫਾਂਦਰ ਮੂਹੇ ਮੇਰੇ ਪੈਸੇ ਦੇ ਦੇ ਤੈਨੂੰ। ਮੈਂ ਅੱਛਾ ਇੱਕ ਮਿੰਟ ਠਹਿਰ, ਉਹ ਮੇਰੀ ਖਾਲਾਂ ਦੀਆਂ ਕੁੜੀਆਂ ਬੈਠੀਆਂ, ਪੱਟੀ ਉੱਚੀ ਨਾ ਬੋਲੀ, ਤੈਨੂੰ ਮੈਂ ਦੱਸਤਾ ਹੀ। ਉਹ ਮੈਂ ਅੱਜ 8 ਵਜੇ ਤੋਂ ਪਹਿਲੇ ਪਹਿਲੇ ਤੁਹਾਨੂੰ ਨਿਕਲਣਾ। ਅੱਛਾ ਬਈ, ਹੁਣ ਪੈਸੇ ਲੈ ਕੇ ਜਾਈ ਮੇਰੇ ਕੋ, ਸਮਝ ਗਿਆ? ਚੱਲ ਤੈਨੂੰ ਦਵਾਂ ਪੈਸੇ, ਚੱਲ। ਭਰਾਵਾ ਮੈਂ ਵੀ ਆਵਾਂ। ਤੋਬਾ ਤੋਬਾ ਤੋਬਾ, ਬੇਸ਼ਰਮ ਜਿਹਾ ਨੰਗਾ ਹੀ ਆ ਗਿਆ। ਵੇ ਉਹ ਬੁਆ ਕੋਲ ਹੋਏ, ਉਹ ਕੁੱਤੇ ਦਾ ਪੁੱਤਰਾ, ਮੈਨੂੰ ਪੈਸੇ ਦਿਵਾਉਂਦੇ ਆ, ਹੋਰ ਕੀ ਕਰਨੇ ਆ? ਜਾ ਚੱਲ ਜਾ ਮੇਰਾ ਭਰਾ, ਮੈਨੂੰ ਅੱਗੇ ਬੜੀ ਟੈਨਸ਼ਨ ਆ, ਦਫਾ ਹੋ ਜਾ ਇਥੋਂ, ਚੱਲ ਜਾ। ਓਏ ਮੇਰੇ ਪੈਸੇ ਦੇ ਦੇ। ਕੁੜੀਆਂ ਪੈਸੇ ਦੇਣਗੀਆਂ? ਉਹ ਤੂੰ ਲੋਕਾਂ ਦੀਆਂ ਧੀਆਂ ਭੈਣਾਂ ਖਰਾਬ ਕਰਦਾ ਕੁੱਤਿਆ। ਹਾਂ ਉਹ ਮੈਂ ਉਹਦਾ ਕੀ ਖਰਾਬ ਕੀਤਾ ਹੋਵੇ? ਹਾਏ ਪੱਟੀ, ਚੁੱਪ ਕਰਕੇ ਨਿਕਲ ਜਾ ਇਥੋਂ। ਜਾ ਚੱਲ ਜਾ, ਪੈਸੇ ਇਕੱਠੇ ਕਰ ਲੈਂਦੇ ਮੈਨੂੰ, ਚੱਲ ਜਾ। ਖਲੋਤਾ ਰਹਿ ਫਿਰ। ਓਏ ਭਾਜੀ, ਕਮਰਾ ਚਾਹੀਦਾ ਕੋਈ? ਚੱਲੋ ਮਰ ਗਿਆ, ਇਸ ਲਈ ਇਸਤਰੀਏ ਤੂੰ ਹੋਏਗਾ। ਉਹ ਬੱਚੀਆਂ ਦੱਸੋ ਮੇਰੀਆਂ ਕਿੱਥੇ ਨੇ? ਥੈਲੇ ਆ ਜਿਹਾ ਉੱਤੇ ਆ। ਬਟ ਤੇਰਾ ਅੱਬਾ ਆ ਗਿਆ। ਵੇ ਭਾਈ ਪੈਸੇ ਤੇ ਲੈ ਆ। ਕਿੱਧਰ ਗਿਆ, ਕਿੱਧਰ ਗਿਆ? ਓਏ ਓਏ ਪੱਟੀਏ ਕਰਨੇ ਆ। ਓਏ ਮਾਮਾ, ਉਹ ਛਾਪਾ, ਉਹ ਪੱਟੀ ਛਾਪਾ ਪੈ ਗਿਆ, ਲਾ ਦੇ ਨੂੰ ਥੱਲੇ। ਓਏ ਆ ਜਾ, ਆ ਜਾ, ਆ ਜਾ ਛੇਤੀ ਕਰ, ਆ ਜਾ, ਆ ਜਾ ਛੇਤੀ। ਉਹ ਯਾਰ ਮੈਨੂੰ ਪਤਾ ਲੱਗਾ ਕੋਈ ਬੰਦੇ ਬੁੰਦੇ ਸਾਨੂੰ ਲੱਭਦੇ ਫਿਰਦੇ, ਇੱਥੇ ਸਾਨੂੰ ਕੁੱਟਣ ਆਏ ਆ। ਪਤਾ ਨਹੀਂ ਯਾਰ, ਮੈਂ ਲੱਗਾ ਕੋਈ ਪੁੱਠਾ ਕੰਮ ਨਹੀਂ ਭਾਈ ਕੀਤਾ, ਮੈਂ ਤੈਨੂੰ ਦੱਸਦਾ ਹੀ, ਮੈਂ ਸਿਰਫ ਤੇਰੇ ਪੈਸਿਆਂ ਦੇ ਚੱਕਰ 'ਚ। ਆ ਜਾ ਯਾਰ, ਇੱਥੇ ਖਲੋ ਗਿਆ, ਤੁਰ ਤੇ ਸਹੀ, ਬਾਹਰ ਨਿਕਲ, ਬਾਹਰ ਨਿਕਲ ਕੇ ਜੋ ਪੁੱਛੇਗਾ ਤੈਨੂੰ ਮੈਂ ਦੱਸਾਂਗਾ। ਆਇਆ ਹੁਣ ਕੀ ਦੱਸੇਗਾ ਵੀ ਤੂੰ? ਓਏ ਤੂੰ ਹੁਣ ਫੈਂਟੀ ਖਾਣੀ ਆ, ਤੈਨੂੰ ਮੈਂ ਕਹਿੰਦਾ ਬਾਹਰ ਆ, ਬਾਹਰ ਨਿਕਲ ਕੇ ਤੈਨੂੰ ਮੈਂ ਸਾਰੀ ਗੱਲ ਸਮਝਾ ਦਿਆਂਗਾ, ਇੱਥੇ ਹੁਣ ਤੈਨੂੰ ਮੈਂ ਕੀ ਦੱਸਾਂ। ਉਹ ਯਾਰ ਕੋ ਕੁੜੀਆਂ ਦੇ ਪਿਓ ਸ਼ੋ ਦਾ ਚੱਕਰ ਆ, ਉਹਨਾਂ ਨੂੰ ਲੱਭਦਾ ਇੱਥੇ ਆ ਗਿਆ ਵਾ। ਮੈਨੂੰ ਕੀ ਪਤਾ ਸੀ ਹੁਣ ਕਦੋਂ ਪੈਸੇ ਦੇਣੇ ਹੁਣ ਤੂੰ? ਓਏ ਪੈਸਿਆਂ ਦਾ ਕਰਕੇ ਤਾਂ ਇੱਥੇ ਆਏ ਸੀ, ਨਹੀਂ ਹਿਸਾਬ ਲੱਗਾ ਹੁਣ ਮੈਂ ਕਰਾਂ, ਦੱਸ ਮੈਨੂੰ। ਤੈਨੂੰ ਮੈਂ ਤਦੀ ਕਹਿੰਦਾ ਇੱਥੋਂ ਨਿਕਲ, ਬਾਹਰ ਜਾ ਕੇ ਪੈਸਿਆਂ ਦਾ ਹਿਸਾਬ ਲਾਉਂਦੇ ਆ। ਇੱਥੋਂ ਨਿਕਲ ਕੇ ਮੈਂ ਆਪਣੇ ਪੈਸੇ ਲੈਣੇ ਬਸ। ਚੱਲ ਠੀਕ ਆ, ਜਾ ਲੈ ਲਈ। ਤੈਨੂੰ ਨਿਕਲ, ਬਸ ਨਿਕਲ ਜਾ। ਜਿਵੇਂ ਫੜਿਆ ਗਿਆ, ਫੜਿਆ ਗਿਆ ਤੇ ਕਹਿੰਦੀ ਭਾਜੀ ਮੈਂ ਆਪਣੀ ਭੈਣ ਨੂੰ ਲੱਭਣ ਆਇਆ ਸੀ। ਭੈਣ ਨੂੰ ਲੱਭਣ? ਜੇ ਫੇਰ ਵੀ ਤੈਨੂੰ ਨਾ ਛੱਡਣ ਤੇ ਨਿਕਲ ਜੀ ਚੁੱਪ ਕਰਕੇ, ਦੌੜ ਜੀ ਇੱਥੋਂ।
ਤੋੜ ਤੋੜ ਕੇ ਸਾਰਾ ਕੁਝ ਦੌੜ ਜੀ ਤੇ ਮੈਂ ਦੱਸਦਾ ਹੀ ਉਹ ਭਾਈ ਮੈਨੂੰ ਪਤਾ ਮੇਰੇ ਨਾਲ ਆਊ ਯਾਰ ਮੈਂ ਨਹੀਂ ਕਰ ਚੀ ਆਪਾਂ ਦੋਵੇਂ ਕਿਤੇ ਆਪਾਂ ਫਸ ਜਾਾਂਗੇ ਤੂੰ ਨਿਕਲ ਪਹਿਲੇ ਉਹ ਟੋਪੀ ਲਾ ਲਾ ਸਿਰ ਤੇ ਟੋਪੀ ਓਏ ਛੇਤੀ ਛੇਤੀ ਆ ਜਾ ਪਿੱਛੇ ਆ ਜਾ ਛੇਤੀ ਛੇਤੀ ਆ ਜਾ ਕਲੋ ਤੇਰੀ ਆਜਾ ਪੁੱਤ ਇਹਨੂੰ ਆਜਾ ਆਜਾ ਉਹ ਬੜੀ ਇਹਨੂੰ ਉੱਤੋਂ ਦੀ ਪਈ ਜੈ ਨਮਾਜ਼ ਪੜ੍ਹ ਕੇ ਆ ਉਹ ਪੱਟੀ ਉਹ ਧਿਆਨ ਨਾਲ ਇੱਧਰ ਆ ਜਾ ਪਿੱਛੇ ਹੁਣ ਨੀਂਦ ਮੈਂ ਛੱਡਣਾ ਹੁਣ ਮੇਰੇ ਕੋਲ ਪੈਸੇ ਲੈ ਕੇ ਜਾਣੇ ਜੋ ਮਰਜ਼ੀ ਹੋ ਜਾਵੇ ਉਹ ਤੂੰ ਮੇਰੇ ਉਹ ਪੈਸੇ ਨੂੰ ਛੱਡ ਨਿਕਲਣ ਵਾਲੀ ਗੱਲ ਕਰ ਆਜਾ ਆਜਾ ਬਸ ਸਮਝ ਲਾਉਣ ਤੇਰੇ ਪੈਸੇ ਮਿਲ ਗਏ ਮਰੇ ਮੈਂ ਤੇ ਯਕੀਨ ਵੀ ਕਰਿਆ ਕਰ ਬਤੀਤ ਹੋ ਜਾਣਾ ਮਿੰਟੋ ਪਹਿਲੇ ਤੂੰ ਚਲੋ ਭਾਅ ਜੀ ਪੈਸੇ ਦਿਓ ਮੇਰੇ ਛੇਤੀ ਕਰੋ ਪੈਸੇ ਕੱਢ ਦਿਓ ਜਲਦੀ ਕਰੋ ਉਹ ਫੇਰ ਪੈਸੇ ਉਹ ਪੈਸੇ ਉਹ ਕਿੰਨੇ ਪੈਸੇ ਚਾਹੀਦੇ ਤੈਨੂੰ ਕਿੰਨੇ ਪੈਸੇ ਚਾਹੀਦੇ ਦੱਸ ਓ ਉਹ ਭਾਈ ਤੂੰ ਮੇਰੇ ਦੇ ਦੇ ਮੈਨੂੰ ਉਹ ਮੈਂ ਲੈਣੇ ਮੈਂ ਚੱਲਾਂ ਉਹ ਮੈਂ ਲੈਣੇ ਪੈਸੇ ਰਹਿਣ ਦੇ ਤੂੰ ਉਹ ਤੇਰੀ ਭੈਣ ਦਾ ਕੀ ਬਣੂ ਤੇਰੇ ਪਿਓ ਦਾ ਕੀ ਬਣੂ ਖੋਤੇ ਜਿੱਡਾ ਮੂੰਹ ਬਣਾ ਕੇ ਤੁਰ ਪਿਆ ਜਲੇਬੀਆਂ ਫੜਨ ਵਾਲਾ ਚਿਮਟਾ ਹੁੰਦਾ ਈ ਬੰਦ ਕਰ ਆ ਤੇਰੇ ਹੁੰਦੇ ਮੈਂ ਭੌਂਕ ਸਕਦਾ ਉਹ ਭਾਈ ਤੈਨੂੰ ਮੈਂ ਸਿੱਧੀ ਗੱਲ ਦੱਸਾਂ ਤੇਰੇ ਪੈਸੇ ਮੈਂ ਹਰ ਗਿਆ ਜੂਏ ਚ ਉਹ ਮੈਂ ਕਿਹਾ ਸੀ ਦੂਣੇ ਹੋ ਜਾਣਗੇ ਪਰ ਉਹ ਮੈਂ ਸਾਰੇ ਹੀ ਹਰ ਗਿਆ ਪੱਟੀ ਉਹ ਯਾਰ ਹਰ ਗਿਆ ਹੁਣ ਮੈਂ ਤੂੰ ਇੱਦਾਂ ਕੀ ਵੇਖਣ ਨੇ ਮੇਰੇ ਮੈਨੂੰ ਹਾਸਾ ਹੁੰਦਾ ਤੇਰੇ ਤੇ ਯਾਰ ਬੰਦਾ ਤੂੰ ਚੰਗਾ ਯਾਰ ਪਰ ਯਾਰ ਆਪਣੇ ਅੱਬੇ ਦੇ ਬਾਰੇ ਤੇ ਦੱਸੋ ਕੀ ਕਰਦਾ ਸੀ ਅੱਬੂ ਅੱਬੂ ਸਾਰੀ ਜ਼ਿੰਦਗੀ 300 ਵਾਲੇ ਹੀਰੇ ਦੀ ਰਖਵਾਲੀ ਕਰਦਾ ਮਰ ਗਿਆ 300 ਵਾਲਾ ਹੀਰਾ ਯਾਰ 300 ਵਾਲੇ ਹੀਰੇ ਦਾ ਨਾਮ ਤਾਂ ਮੈਂ ਪਹਿਲੀ ਵਾਰ ਸੁਣਿਆ ਹੀਰੇ ਤਾਂ ਸੁਣਿਆ ਬੜੇ ਮਹਿੰਗੇ ਹੁੰਦੇ ਆ ਉਹ ਬਟ ਯਾਰ ਮੈਂ ਤੇਰੇ ਨਾਲ ਮਜ਼ਾਕ ਲੱਗਾ ਉਹ ਹੀਰਾ ਵਾਕਈ ਬਹੁਤ ਮਹਿੰਗਾ ਸੀ ਛੋਟੇ ਹੁੰਦੇ ਆ ਮੈਂ ਆਪਣੇ ਅੱਬੇ ਦੇ ਮੂੰਹ ਸੁਣਦਾ ਹੁੰਦਾ ਸਾਂ ਕਿ ਪੁੱਤ ਇਸ ਹੀਰੇ ਦੀ ਰਖਵਾਲੀ ਕਰਦਿਆਂ ਸਾਨੂੰ 100 ਸਾਲ ਹੋ ਗਿਆ 100 ਸਾਲ ਹੋ ਗਿਆ ਮੇਰਾ ਅੱਬਾ ਮੈਨੂੰ ਕਹਿੰਦਾ ਹੁੰਦਾ ਸੀ ਕਿ ਪੁੱਤ ਹੈ ਤੂੰ ਕਨਫਰਮ ਹਰਾਮ ਦਾ ਹੀ ਆ ਪਰ ਇਹ ਹੀਰਾ ਤੈਨੂੰ ਹੀ ਸਾਂਭਣਾ ਪੈਣਾ ਹੁਣ ਗੱਲ ਪਿਆ ਢੋਲ ਤੇ ਵਜਾਉਣਾ ਹੀ ਪੈਣਾ ਭਾਈ ਉੱਤੋਂ ਮੈਂ ਹੈਗਾ ਵੀ ਇਕੱਲਾ ਇਕੱਲਾ ਵਾਂ ਯਾਰ ਮੈਂ ਜੇ ਆਪਣੇ ਪਿਓ ਦੇ ਕੋਲ ਹੁੰਦਾ ਮੈਂ ਉਹਨੂੰ ਬਚਾ ਲੈਣਾ ਸੀ ਉਹ ਬੇਟਾ ਤੂੰ ਉੱਥੇ ਹੁੰਦਾ ਉਹਨਾਂ ਨੇ ਤੇਰੀ ਵੀ ਗੁੱਤ ਵੱਢ ਦੇਣੀ ਸੀ ਵੱਢ ਦੇਣੀ ਸੀ ਉਹ ਆ ਡੱਬੀ ਜੀ ਦੇ ਵਿੱਚ ਕੀ ਹੈ ਇਹ ਡੱਬੀ ਮੇਰੇ ਅੱਬੇ ਦੀ ਹੈ ਖੁੱਲਣ ਨਹੀਂ ਦੇਈ ਯਾਰ ਖੋਲ ਤੇ ਮੈਂ ਲੈਣੀ ਆ ਥੱਲੇ ਰੱਖ ਕੇਟ ਮਾਰ ਯਾਰ ਤੂੰ ਸ਼ੁਗਲ ਕਰਨ ਡਿਆ ਮੈਂ ਇਹਨੂੰ ਵਾਕਈ ਖੋਲਣਾ ਏਦਾਂ ਨਹੀਂ ਇਹਨੇ ਖੁੱਲਣਾ ਤੈਨੂੰ ਮੈਂ ਤਰੀਕਾ ਦੱਸਦਾ ਇੱਥੇ ਬੰਬ ਰੱਖ ਕੇ ਦੌੜ ਜਾ ਆਹੋ ਦੌੜ ਕੇ ਤੁਹਾਡੇ ਘਰ ਵੜ ਜਾਵਾਂ ਬੇਟਾ ਹਾਲੇ ਮੈਨੂੰ ਖੋਲਣ ਦੇ ਕਾਬਲ ਨਹੀਂ ਆਇਆ ਜਦੋਂ ਕਾਬਲ ਹੋ ਜਾਊਗਾ ਮੈਂ ਖੋਲ ਲੂੰਗਾ ਵਾਕਈ ਤੇਰਾ ਅੱਬਾ ਸਹੀ ਕਹਿੰਦਾ ਸੀ ਵੀ ਤੂੰ ਹੈਗਾ ਹੀ ਹਰਾਮ ਦਾ ਵਾਂ ਇਹਨੂੰ ਵੇਖੀ ਤੇਰਾ ਬਹੁਤ ਫਿੜੇ ਮੂੰਹ ਵੱਡੀ ਭੈਣ ਵਰਗੀ ਸ਼ਕਲ ਆ ਤੇਰੀ ਪੱਟੀ ਓਏ ਆ ਫੜ ਡੱਬੀ ਤੇ ਚਲਾ ਮੇਰੇ ਨਾਲ ਤੇਰੇ ਅੱਬੇ ਦੇ ਕਾਤਲਾਂ ਨਾਲ ਇਕੱਠੇ ਨਿਬੜਾਂਗੇ ਤੂੰ ਰਹਿਣ ਦੇ ਯਾਰ ਤੂੰ ਕੋ ਮਰਨਾ ਉਹੀ ਗੱਲ ਕੀਤੀ ਨਾ ਖੋਤੇ ਦੇ ਆ ਪੁੱਤਰਾ ਭਰਾ ਵਾਂ ਤੇਰਾ ਤੂੰ ਕਵੇਂ ਤੇ ਜਾਨ ਦੇ ਦਿਆਂ ਵਾਹ ਬੱਟਾ ਕਾਸ਼ ਉੱਥੇ ਕੁੜੀਆਂ ਛੁੜੀਆਂ ਵੀ ਹੋਣ ਸਾਂਗਲਾ ਹਿੱਲ ਤਹਿਸੀਲ ਲੰਡਨ ਅਸਲਾਮ ਵਾਲੇਕੁਮ ਭਾਈਓ
ਅੱਜ ਸਾਡੇ ਦਰਮਿਆਨ ਉਹ ਚਬਲ ਬੈਠੀ ਹੋਈ ਹੈ ਜਿਹਦਾ ਨਾਮ ਅੱਛੂ ਗੁੱਜਰ ਹੈ ਤੇ ਭਾਈ ਉੱਠ ਕੇ ਖੜੇ ਹੋ ਕੇ ਤਾਲੀਆਂ ਮਾਰੇ ਜੈਕੇਦਾਰ ਤੇ ਮਜ਼ੇਦਾਰ ਉਹ ਮਾਰ ਵੀ ਦਿਓ ਲਓ ਜਨਾਬ ਚਬਲ ਉੱਠੀ ਹੈ ਬੜੀ ਸ਼ੋਭੀ ਦੇ ਨਾਲ ਬੜਾ ਫਿੱਕਾ ਸ਼ੋਭਾ ਹੈ ਆ ਰਹੇ ਹਨ ਬਹੁਤ ਬੁਰਾ ਹੂੰ ਅੱਛੂ ਬਾਂਦਰੀ ਆ ਤੋਂ ਬੋਲਿਆ ਮੇਰੇ ਪਿੱਤੋਂ ਵਾਦਾ ਵੂਦਾ ਨਾ ਤਾਂ ਦੇ ਦਲੋ ਤੁਹਾਨੂੰ ਮੈਂ ਤਾਤਾ ਦੇ ਮੈਂ ਲੱਤਾਂ ਲੁੱਤਾਂ ਤੁਹਾਡੀਆਂ ਪਾਉਂਦੇ ਨੀ ਤੀਨ ਦਿਓ ਮੀਂਦੇ ਹੋ ਲਾਮ ਨਾ ਬਹਿ ਤੇ ਮੇਰੀ ਦਲ ਸੋਨਾ ਜੇ ਸੁਣੀ ਤੇ ਉਹ ਤੀਨ ਦੇ ਵਿੱਚ ਜਿੱਦਾਂ ਆਪਣਾ ਹੀਰਾ ਹੁੰਦਾ ਸੀ ਨਾ ਉਹ ਤੋਰੀ ਹੋ ਦਿਆ ਤੇ ਮੈਂ ਤਿਆ ਜੇ ਤੋਰੀ ਹੋ ਜਾਣਾ ਤਿੱਲੇ ਜੇ ਤੂੰ ਨਹੀਂ ਸਾਂਭਿਆ ਜਾਣਾ ਤੀਨ ਵਾਲੇ ਸਾਰੇ ਸਾਨੂੰ ਮਾਰਨ ਨੂੰ ਫਿਰਦੇ ਆ ਮੈਂ ਤਾਂ ਭਾਈ ਕੱਲ੍ਹ ਤੋਂ ਆਉਣਾ ਹੀ ਨਹੀਂ ਤੀਨ ਨੇ ਭਾਈ ਸ਼ਾਦੇ ਵਾਸਤੇ ਤੋਹਫਾ ਤੱਲਿਆ ਵਾ ਉਹਨੇ ਤੇ ਇਹਨੂੰ ਦੇ ਤੇ ਛਾਪ ਲਾ ਲਓ ਅਸੀਂ ਤੁਹਾਡੇ ਤੇ ਤਿੰਨੇ ਤੱਤੇ ਆ ਆਪਣੀ ਮਲਤਾ ਦੀ ਪੰਦਾਵੀ ਥਾਲ ਦੇ ਰਾਤੇ ਸਾਜੇ ਲੋਨ ਨੂੰ ਦੇ ਦਿਓ ਹੁਣ ਕੀ ਤਰੋ ਦੇ ਵੀ ਖਾ ਪੈ ਗਈ ਹੀਰੇ ਦੀ ਉਹ ਬਾਟੀ ਤੋਂ ਕੁਛ ਨਾ ਲੈ ਜਾਈਏ ਉਹ ਬਾਟੀ ਮੇਰੇ ਕੋਲ ਪੈਸੇ ਆਏ ਨਾ ਤੇ ਮੈਂ 33 ਦਾ ਸੈੱਟ ਲੈਣਾ ਇਧਰ ਮੈਂ ਦੱਸ ਦਿੱਤਾ ਈ ਉਹ 33 ਦੱਸ ਨਾਲ ਉਹ ਬਾਟ ਮੋਟਰੋਲਾ ਵਾਲਾ ਲੈ ਲਾ ਉਹ ਰਹਿਣ ਦੇ ਤੂੰ ਮੋਟਰੋਲਾ ਖੋਤੇ ਜਿਹੜਾ ਸਾਡਾ ਚੁੱਕਿਆ ਨਹੀਂ ਜਾਂਦਾ ਨਾ ਉਹ ਚ ਟੂਨਾ ਭਰੀਆਂ ਜਾਂਦੀਆਂ ਨਾ ਉਹਦੇ ਵਿੱਚ ਗਾਣੇ ਭਰੇ ਜਾਂਦੇ ਹਾਂ ਇਹ ਤਾਂ ਵੈਸੇ ਸਹੀ ਗੱਲ ਹੈ ਤੇਰੀ ਉਹ ਬਾਟ ਦੇ ਓਏ ਓਏ ਨਾ ਹੋ ਗਿਆ ਓਏ ਉਹ ਨਜ਼ਰ ਨਹੀਂ ਆਉਂਦਾ ਤੈਨੂੰ ਕਿੱਦਾਂ ਡਾਗਾ ਚਲਾਉਣਾ ਤੂੰ ਓਏ ਓਏ ਬੱਡੀ ਬੜੀ ਮਿਹਰਬਾਨੀ ਤੇਰੀ ਯਾਰ ਮੇਰੀ ਹੁਣੇ ਲੱਤ ਮੈਂ ਟੁੱਟ ਜਾਣੀ ਸੀ ਓਏ ਕੁੜੀਆਂ ਆਪਣੀਆਂ ਹਰਕਤਾਂ ਤੋਂ ਨਾ ਹਟੀ ਆਪ ਨੂੰ ਸੰਦੀਆਂ ਸੀ ਮੈਂ ਕੀ ਕਰਾਂ ਯਾਰ ਓਏ ਕੋਈ ਚੰਗਾ ਜਿਹਾ ਕੀਮ ਦੇਖ ਕੇ ਤੇ ਵਿਆਹ ਕਰਾ ਲਾ ਉਹ ਵਿਆਹ ਐਵੇਂ ਨਹੀਂ ਹੁੰਦਾ ਬੜੇ ਰੁਪਈਏ ਲੱਗਦੇ ਈ ਕਿੰਨੇ ਕੁ ਉਹ ਲਾਈਟਾਂ ਵਾਲੇ ਦੇ ਲਹਿਦਾ ਲੱਗਦੇ ਈ ਤੰਬੂਆਂ ਵਾਲੇ ਦੇ ਵੱਖਰੇ ਦੇਗਾਂ ਵਾਲੇ ਦੇ ਵੱਖਰੇ ਬਾਅਦ 'ਚ ਇੰਨੇ ਬੱਚੇ ਜੰਮ ਪੈਂਦੇ ਉਹਨਾਂ ਨੂੰ ਕਿੰਨੇ ਸਾਂਭਣਾ ਭਾਈ ਮੇਰੇ ਕੋਲ ਤਾਂ ਨਹੀਂ ਸਾਂਭੇ ਜਾਣੇ ਭਾਈ ਇਸੇ ਤੋਂ ਮੈਂ ਬਾਹਰ ਕੁੜੀਆਂ ਛੁੜੀਆਂ ਨੂੰ ਛੇੜ ਕੇ ਖੁਸ਼ ਹੋ ਲੈਂਦਾ ਵਾਂ ਉਹ ਬੱਚੇ ਨੇ ਤੈਨੂੰ ਸੋਹਣੇ ਲੱਗਦੇ ਉਹ ਸੋਹਣੇ ਲੱਗਦੇ ਪਰ ਇਹਨਾਂ ਦਾ ਖਰਚਾ ਬਹੁਤ ਆ ਉਹ ਛੱਡ ਯਾਰ ਉਹ ਬੱਚੇ ਜਿੰਨੇ ਵੀ ਹੁਣ ਥੋੜੇ ਆ ਯਾਰ ਤੂੰ ਵਿਆਹ ਕਰਾ ਤੈਨੂੰ ਬੱਚੇ ਵੇਖੀ ਆਪ ਹੀ ਸੋਹਣੇ ਲੱਗਣ ਲੱਗ ਪਏ ਨੇ ਬੜਾ ਪਿਆਰ ਲੈਂਦੇ ਭਾਈ ਬੱਚੇ ਉਹ ਤੈਨੂੰ ਕਿੰਨੇ ਕਿਹਾ ਮੇਰੇ ਬੱਚੇ ਨਹੀਂ ਸੋਹਣੇ ਲੱਗਦੇ ਮੈਨੂੰ ਤਾਂ ਬੱਚੇ ਏਡੇ ਸੋਹਣੇ ਲੱਗਦੇ ਮੈਨੂੰ ਜਿੱਥੇ ਬੱਚਾ ਮਿਲੇ ਮੈਂ ਉਹਨੂੰ ਕਹਿੰਦਾ ਤੇਰੇ ਮੈਂ ਦੰਦ ਭੰਨ ਲਈ ਮਾਫ ਕਰ ਦਿਓ ਭਾਇਨ ਭਾਇਨ ਤੁਸੀਂ ਦੋਵੇਂ ਇੱਥੇ ਨਵੇਂ ਆਏ ਜੇ ਆਹੋ ਆਹੋ ਸਾਡੀ ਤੇ ਭੈਣ ਰਹਿੰਦੀ ਯਾਰ ਅਸੀਂ ਉਹਨੂੰ ਲੱਭਣ ਆਏ ਆ ਸਾਨੂੰ ਪਤਾ ਲੱਗਾ ਯਾਰ ਇੱਥੇ ਕਿਤੇ ਰਹਿੰਦੀ ਆ ਉਹ ਚੀਨੀ ਜਈ ਮੈਂ ਜਾਣਨਾ ਭਾਜੀ ਉਹਨੂੰ ਮੈਂ ਕਿੰਨੀ ਵਾਰੀ ਇੱਥੇ ਦੇਖਿਆ ਉਹ ਤੈਨੂੰ ਪਤਾ ਕਿੱਥੇ ਰਹਿੰਦੀ ਆ ਭਾਜੀ ਪਤਾ ਤੇ ਮੈਨੂੰ ਹੈਗਾ ਪਰ ਗੱਲ ਇਹ ਹੈ ਕਿ ਮੈਂ ਰਹਿਣ ਤੋਂ ਮੋਟਰਸਾਈਕਲ ਲੈ ਨਹੀਂ ਮੇਰੇ ਕੋਲ ਪੈਸੇ ਨਹੀਂ ਹੈਗੇ ਉਹ ਜਾ ਦਫਾ ਹੋ ਜਾ ਮਮਾ ਸਾਡੇ ਕੋਲ ਕਿੱਥੋਂ ਆਏ ਪੈਸੇ ਮੈਂ ਅੱਗੇ ਲੈਟਰੀ ਨਾਲੇ ਦੇ ਇੱਥੋਂ ਬਿਸਤ ਹੁੰਦਾ ਆ ਤੈਨੂੰ ਕਿੱਥੋਂ ਦਈਏ ਨਾ ਦਿਓ ਮੈਂ ਇਹ ਵੇਚ ਕੇ ਗੱਡੀ ਚੂਰ ਲਵਾਂ ਓਏ ਉਹ ਚੋਰਾ ਮੇਰੀ ਘੜੀ ਦੇ ਦੇ ਓਏ ਤੈਨੂੰ ਮੈਂ ਛੱਡਣਾ ਬੱਟ ਮੇਰੀ ਘੜੀ ਦੇ ਦੇ ਉਹ ਦੇ ਦੇ ਮੇਰੀ ਘੜੀ ਓਏ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਹੁਣ ਮੈਂ ਤੇਰੀਆਂ ਲੱਤਾਂ ਬਾਵਾਂ ਬੰਨਾਂਗਾ ਤੈਨੂੰ ਫੇਰ ਸਮਝ ਆਏਗੀ ਓਏ ਛੱਡ ਦੇ ਬੱਚੇ ਨੂੰ ਓਏ ਤੇਰੀ ਭੈਣ ਦਾ ਮੁੰਡਾ ਏ ਜਾਂ ਨਿਕਲ ਜਾ ਬਿਲਕੁਲ ਦਾੜਾ ਨਾ ਬਣਾ ਲਈ ਵੀ ਉਹ ਭਾਜੀ ਮੇਰਾ ਤੁਹਾਡਾ ਕੋਈ ਰੌਲਾ ਨਹੀਂ ਮੇਰੀ ਘੜੀ ਦੇ ਦਿਓ ਬਸ ਮੈਂ ਜਾਵਾਂ ਆ ਬਹੂ ਘੜੀ ਦੇ ਦਿਓ ਮੇਰੀ ਆ ਹੁਣ ਘੜੀ ਆ ਮੇਰੀ ਤੇ ਜਾ ਇੱਥੋਂ ਦੌੜ ਜਾ ਹੁਣ ਓਏ ਮੈਂ ਤੁਹਾਨੂੰ ਕਹਿੰਦਾ ਮੇਰੀ ਘੜੀ ਦੇ ਦਿਓ ਆਰਾਮ ਨਾਲ ਨਹੀਂ ਤੇ ਇੱਥੇ ਮੈਂ ਤਹਿਸ ਨਹਿਸ ਕਰ ਦਿਆਂਗਾ ਓਏ ਬੱਚੇ ਧਿਆਨ ਚੁੱਕ ਦੋ ਫੜ ਲੋ ਇਹਨਾਂ ਨੂੰ ਲੱਤਾਂ ਪਾਉਂਦੇ ਹੋ ਇਹਨਾਂ ਦੀਆਂ
ਮੇਰਾ ਬਟੂਆ ਡਿੱਗ ਪਿਆ ਕਿਤੇ ਹੋਏ ਚਲੋ ਇਹਨਾਂ ਦੋਵਾਂ ਨੂੰ ਤੇ ਸਾਡੇ ਮਹਿਮਾਨ ਨੇ ਓਏ ਮੈਂ ਕੁਛ ਨਹੀਂ ਕੀਤਾ ਮੈਨੂੰ ਛੱਡ ਦਿਓ ਓ ਇਧਰ ਆ ਕੇ ਬਹਿ ਜਾ ਨਾ ਮੈਂ ਤੇਰੇ ਨਾਲ ਆਉਂਦਾ ਤੇ ਨਾ ਮੈਨੂੰ ਅੱਜ ਆ ਦਿਨ ਦੇਖਣਾ ਪੈਂਦਾ ਓ ਲੱਗਦਾ ਕੋਈ ਆਇਆ ਮੈਂ ਆਪੇ ਗੱਲ ਕਰ ਲਾਂਗਾ ਆਪੇ ਗੱਲ ਕਰ ਲਾਂਗਾ ਤੇਰੇ ਕੋਈ ਗੱਲ ਨਹੀਂ ਹੋਣੀ ਚੁੱਪ ਕਰਕੇ ਬੈਠਾ ਰਹੀ ਇੱਥੇ ਤੇਰੇ ਮੈਂ ਦੱਸ ਦਿੱਤਾ ਜੀ ਇਹ ਤੇਰਾ ਚੈਣਾ ਨਹੀਂ ਹੋ ਇੱਥੇ ਬਹੁਤ ਮਾਰ ਪੈਂਦੀ ਹੋ ਓਏ ਬਿਸਮਿਲਾ ਓਏ ਗਲੇ ਲੱਗ ਜਾ ਓਏ ਠੰਡ ਪਾਤੀ ਜੇ ਓਏ ਮੈਂ ਤੁਹਾਡੀ ਦੋਵਾਂ ਦੀ ਲੜਾਈ ਵੇਖ ਕੇ ਹੈਰਾਨ ਹੋ ਗਿਆ ਉਹ ਤੁਸੀਂ ਦੋਵਾਂ ਨੇ ਉੱਥੇ ਖੀਰ ਕਰਤੀ ਯਾਰ ਹੈ ਵਾਹ ਵੀ ਵਾਹ ਆ ਘੜੀ ਯਾਰ ਇਹ ਘੜੀ ਭਾਜੀ ਮੇਰੀ ਮੈਨੂੰ ਦੇ ਦਿਓ ਤੁਹਾਡੀ ਮਿਹਰਬਾਨੀ ਉਹ ਰਾਮ ਨਾ ਭਾਜੀ ਦੇਖ ਲਵਾਂ ਮੈਂ ਕਹਿੰਦਾ ਜੋ ਕੋਈ ਚੀਜ਼ ਤੇ ਨਹੀਂ ਬਦਲਾ ਲਈ ਉਹਨਾਂ ਨੇ ਉਹ ਇਸ ਘੜੀ ਦੇ ਵਿੱਚ ਮੈਂ ਇੱਕ ਬੜੀ ਅਜੀਬ ਚੀਜ਼ ਦੇਖੀ ਯਾਰ ਕੀ ਦੇਖਿਆ ਭਾਜੀ ਇਸ ਘੜੀ ਨੇ ਮੈਨੂੰ ਦੱਸਿਆ ਕਿ ਤੇਰਾ ਬੁਰਾ ਟਾਈਮ ਚੱਲਣਾ ਸ਼ੁਰੂ ਹੋ ਗਿਆ ਵਾ ਅੱਛਾ
ਕਿਦੋਂ ਤੋਂ ਭਾਜੀ? ਬਸ ਹੁਣ ਤੂੰ ਇਹਦਾ ਭੈੜਾ ਟਾਈਮ ਚੱਲਣਾ ਸ਼ੁਰੂ ਹੋ ਗਿਆ ਵਾ। ਇਹ ਘੜੀ ਮੈਨੂੰ ਵੇਖਦਾ ਹੀ ਪਤਾ ਲੱਗ ਗਿਆ ਸੀ ਵੀ ਇਹਦਾ ਮਾਲਕ ਬਹੁਤ ਲਾਂਤੀ ਕਿਸਮ ਦਾ ਬੰਦਾ ਔਰ ਇਹਦੇ ਨਾਲ ਅਨਕਰੀਬ ਕੁੱਤੇ ਵਾਲੀ ਹੋਣ ਵਾਲੀ ਹੈ। ਅੱਛਾ ਜੀ, ਆ ਭਾਜੀ ਤੇਰਾ ਹੋਰ ਦੱਸੋ ਇਹਦੇ ਨਾਲ ਕੀ ਕੀ ਹੋਣ ਵਾਲਾ? ਹੋਰ ਇਹ ਘੜੀ ਮੈਨੂੰ ਦੱਸਦੀ ਪਈ ਆ ਕਿ ਮੇਰਾ ਮਾਲਕ ਬਹੁਤ ਜ਼ਲੀਲ ਕਿਸਮ ਦਾ ਆਦਮੀ ਹੈ। ਸ਼ਰਾਬ ਚਰਸ ਪੂਰੀ ਜ਼ਿੰਦਗੀ ਜਿਹਨੇ ਕੋਈ ਚੰਗਾ ਕੰਮ ਨਹੀਂ ਕੀਤਾ ਭਾਜੀ। ਆਪਣੀਆਂ ਚਾਰ ਜਵਾਨ ਭੈਣਾਂ ਘਰ ਛੱਡ ਕੇ ਲੋਕਾਂ ਦੀਆਂ ਧੀਆਂ ਭੈਣਾਂ ਵੇਖਦਾ ਰਹਿੰਦਾ ਅਜੇ। ਇਹ ਘੜੀ ਦੱਸਣ ਦੀ ਹੈ ਕਿ ਇਹਦੇ ਨਾਲ ਦਾ ਬਗੈਰਤ ਬੰਦਾ ਤੁਹਾਨੂੰ ਪੂਰੀ ਦੁਨੀਆਂ 'ਚ ਨਹੀਂ ਲੱਭੇਗਾ। ਬਿਲਕੁਲ ਸਹੀ ਗੱਲ ਆ, ਸੁਣ ਲਾ ਬਗੈਰਤ ਦਿਆ ਬੱਚਿਆ। ਓਏ ਬੜੀ ਗੱਲ ਆ ਯਾਰ ਭਾਜੀ, ਤੁਸੀਂ ਯਾਦਗਾਰ ਚੌਂਕ 'ਚ ਤੋਤੇ ਰੱਖੋ, ਫਾਲ ਕੱਢਿਆ ਕਰੋ, ਬੜੇ ਨੋਟ ਛਾਪੋਗੇ ਯਕੀਨ ਕਰੋ। ਪੱਟ ਦਾ ਅੰਦਾਜ਼ਾ ਭਾਜੀ ਅੱਜ ਤੱਕ ਨਾ ਕਦੇ ਕਿਸੇ ਕੋਲ ਲੱਗਾ ਤੇ ਨਾ ਲੱਗਣਾ ਭਾਜੀ। ਪੱਟ ਬੜੀ ਕੁੱਤੀ ਚੀਜ਼ ਹੈ। ਓਏ ਤੂੰ ਉਹ ਪੱਟ ਓਏ! ਹਾਂ ਓਏ, ਮੈਂ ਤਾਂ ਤੇਰਾ ਬੜਾ ਆਸ਼ਿਕ ਵਾਂ। ਤੁਸੀਂ ਮੈਨੂੰ ਕਿੱਦਾਂ ਜਾਣਦੇ ਜੇ? ਓਏ ਜਨਾਬ ਨੂੰ ਕੌਣ ਨਹੀਂ ਜਾਣਦਾ, ਉਹ ਭਾਜੀ ਤੁਸੀਂ ਇੱਕ ਜੰਤਰੀ ਲਿਖੀ ਸੀ, ਉਹ ਜੰਤਰੀ ਪੜ੍ਹ ਕੇ ਤੇ ਮੈਂ ਸਾਰਾ ਹਿਸਾਬ ਲਾਉਣਾ ਸਿੱਖਿਆ। ਇਹਦੇ ਨਾਲ ਮਿਲੋ ਭਾਜੀ, ਇਹ ਮੇਰੇ ਨਾਲ ਹੀ ਹੁੰਦਾ ਜੇ। ਓਏ ਮੈਂ ਜਾਣਦਾ ਵੱਡੇ ਬੰਦਿਆਂ ਦੇ ਨਾਲ ਕੁੱਤੇ ਬਿੱਲੇ ਫਿਰਦੇ ਰਹਿੰਦੇ ਨੇ। ਭਾਜੀ ਮੈਂ ਚੰਗਾ ਭਲਾ ਬੰਦਾ ਹੁੰਦਾ ਸੀ, ਇਹਦੇ ਨਾਲ ਫਿਰ ਫਿਰ ਕੇ ਮੈਂ ਕੁੱਤਾ ਹੋ ਗਿਆ। ਹੈਂ? ਬੁੱਢੀ ਦੇ ਮੂੰਹ ਵਾਲੇ, ਤੇਰੇ ਕੋਲੋਂ ਵੈਸੇ ਹੀ ਮੇਰੀ ਤਾਰੀਫ ਨਹੀਂ ਸੁਣੀ ਜਾਂਦੀ। ਮੇਰੇ ਨਾਲ ਭਾਜੀ ਕੋਈ ਕੰਮ ਹੋਵੇ ਇਹ ਮੇਰਾ ਕਾਰਡ ਜੇ। ਭਾਜੀ ਇਹ ਮੇਰੀ ਭੈਣ ਦਾ ਪਤਾ ਤੁਸੀਂ ਜਾਣਦੇ ਜੇ? ਆਓ ਮੇਰੇ ਨਾਲ, ਤੁਹਾਨੂੰ ਮੈਂ ਬੁਲਾਵਾਂ। ਖੋਲਣਾ ਭਾਜੀ ਜ਼ਰਾ ਜਲਦੀ ਕਰਨਾ, ਜਲਦੀ ਮਿਹਰਬਾਨੀ ਖੋਲਣਾ ਜ਼ਰਾ। ਸੁਗਰਾ ਭੈਣਾ ਵੀਰਾ, ਭਾਜੀ ਆ ਬੋ ਵਾਲੇ ਬੂਟ ਦਾ ਬਹੁਤ ਸ਼ੁਕਰੀਆ, ਮੈਂ ਬਾਹਰ ਚੱਲਾ ਜੇ। ਏਡੀ ਵੱਡੀ ਹੋ ਗਈ, ਮੈਨੂੰ ਭੈਣ ਨਾ ਮਿਲਾ। ਇਹ ਮੇਰੀ ਭੈਣ ਆ ਛੋਟੀ ਸੁਗਰਾ। ਹੱਥ ਪਰੇ ਕਰ ਭਰਾਵਾ, ਮੇਰੇ ਵਾਲ ਨਾ ਖਰਾਬ ਕਰ ਦੇਂ। ਹੈਲੋ, ਆਈ ਐਮ ਬੱਟ। ਸੁਭਾਨ ਅੱਲਾ, ਓਏ ਪਟੇਟੀ ਸੋਹਣੀ ਤੇਰੀ ਭੈਣ, ਉਹ ਮੈਂ ਤੇ ਕਿਹਾ ਸੀ ਤੇਰੇ ਵਰਗੀ ਚੀਨੀ ਮੀਨੀ ਜੀ ਹੋਊਗੀ। ਭਰਾਵਾ ਇਹ ਉਹੀ ਨੇ ਜੇ ਕੋ ਤੂੰ ਪੈਸੇ ਲੈਣੇ ਸੀ? ਉਹੀ ਆ ਉਹੀ ਆ, ਪਰ ਸਾਰਿਆਂ ਦੱਸਤਾ ਹੀ। ਬੱਟ ਸੋਹਣਾ ਵਾ, ਜ਼ੋਰ ਤੇ ਕਹੀਂ ਜ਼ਰਾ, ਮੈਂ ਸੁਣਿਆ ਨਹੀਂ ਤੂੰ ਕੀ ਕਿਹਾ ਵਾ। ਤੂੰ ਜੇਲ੍ਹ 'ਚ ਕਿੱਦਾਂ ਆਈ ਆ? ਮੈਂ ਅੱਬੂ ਦੇ ਕਾਤਲਾਂ ਦੇ ਪਿੱਛੇ ਆਈ ਸਾਂ। ਅੱਛਾ, ਇਹਨਾਂ ਨੇ ਮੈਨੂੰ ਫੜ ਲਿਆ, ਮੈਂ ਇਹਨਾਂ ਨੂੰ ਛੱਡਣਾ ਤੇ ਨਹੀਂ, ਜੋ ਮਰਜ਼ੀ ਹੋ ਜੇ। ਤੂੰ ਕੁਛ ਨਹੀਂ ਕਰਨਾ ਉਹਨਾਂ ਨਾਲ, ਮੈਂ ਆਪੇ ਨਿਬੜ ਲਾਂਗਾ। ਤੂੰ ਕੀ ਨਿਬੜੇਗਾ, ਤੂੰ ਤੇ ਸਾਨੂੰ ਛੱਡ ਕੇ ਚਲਾ ਗਿਆ ਸੀ। ਮੈਂ ਹੁਣ ਆ ਗਿਆ ਨਾ ਬਸ। ਅੱਬੂ ਕਹਿੰਦੇ ਸੀ ਸਾਡੇ ਲਈ ਉਹ ਮਰ ਗਿਆ ਵਾ, ਸਾਡਾ ਉਹ ਕੁਛ ਨਹੀਂ ਲੱਗਦਾ। ਅੱਬੂ ਕਹਿੰਦੇ ਸੀ? ਹਾਂ। ਓਏ ਤੂੰ ਰੋ ਨਾ, ਉਰੇ ਆ, ਤੂੰ ਇਧਰ ਮੂੰਹ ਕਰ, ਪੁਲਿਸ ਵਾਲਾ ਮੇਰਾ ਹੋ ਗਿਆ ਸ਼ਦਾਈ, ਉਹਨੂੰ ਕਹਿ ਕੇ ਤੇ ਆਪਾਂ ਇਹਨੂੰ ਇੱਥੋਂ ਬਾਹਰ ਕਢਾਉਂਦੇ ਆ, ਸਮਝ ਗਿਆ? ਠੀਕ ਆ, ਆ ਜਾ। ਘਬਰਾਈ ਨਾ, ਤੈਨੂੰ ਅਸੀਂ ਲੈ ਜਾਂਗੇ। ਸੋਹਣਿਓ ਜ਼ਰਾ ਇੱਧਰ ਤੇ ਮੂੰਹ ਕਰੋ, ਤੁਹਾਡੇ ਵਾਸਤੇ ਮੈਂ ਇੱਕ ਸ਼ੈ ਲਿਆਂਦੀ ਹੈ, ਐ ਲਓ ਫੜੋ, ਐ ਪਿੱਛੋਂ ਤੁਸੀਂ ਖੇਡੋ ਤੇ ਅਸੀਂ ਹੁਣੇ ਆਏ। ਗੁਆ ਨਾ ਦੇਣਾ, ਬੜੀ ਮਹਿੰਗੀ ਜੇ। ਵੀਰਾ, ਅੱਬੇ ਵਾਲੀ ਡੱਬੀ ਖੋਲੀ ਆ? ਨਹੀਂ, ਉਹ ਨਹੀਂ ਮੇਰੇ ਕੋ ਖੁੱਲੀ। ਬੈਠੋ ਭਾਜੀ, ਇਹ ਦੇਖੋ ਅਖਬਾਰ, ਇਹ ਤੁਹਾਡੀ ਭੈਣ ਦੀ ਕਰਤੂਤ। ਇਹ ਭਾਜੀ ਸ਼ਹਿਰ ਤੱਕ ਬਹੁਤ ਮੌਜੂਦ ਬੰਦਾ ਥੱਥਾ, ਇਹਨੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਭਾਜੀ, ਅਸੀਂ ਨਾ ਪਹੁੰਚਦੇ ਤੇ ਇਹਨੇ ਉਹਨੂੰ ਮਾਰ ਦੇਣਾ ਸੀ। ਉਹ ਮਲਕਾ ਦਾ ਭਾਜੀ ਖਾਸ ਬੰਦਾ ਵਾ ਭਾਜੀ, ਜਵਾਨ ਜਾਨ ਤੁਹਾਡੀ ਭੈਣ ਆ, ਕੋ ਸੋਹਣਾ ਜਿਹਾ ਮੁੰਡਾ ਵੇਖ ਕੇ ਇਹਦਾ ਉਹਦੇ ਨਾਲ ਤੁਸੀਂ ਵਿਆਹ ਕਰ ਦਿਓ। ਉਹ ਭਾਜੀ ਬੜੀ ਸ਼ਰੀਫ ਕੁੜੀ ਜੇ, ਉਹ ਭਾਜੀ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਜਦੋਂ ਉਹ ਹੱਸਦੀ ਹੈ। ਕਿਆ ਬਾਤ ਹੈ ਯਾਰ, ਬੜੀ ਸੋਹਣੀ ਲੱਗਦੀ ਮੈਨੂੰ। ਮੈਂ ਜਨਾਬ ਜੀ ਬਹੁਤ ਮਸ਼ਹੂਰ ਰਾਈਟਰ ਹਾਂ, ਇਹਦੀ ਭੈਣ ਵਾਸਤੇ ਭਾਜੀ ਮੈਂ ਕੁਛ ਵੀ ਕਰ ਸਕਦਾ। ਮੈਂ ਭਾਜੀ ਤੁਹਾਡੀ ਜੇਲ੍ਹ 'ਚ ਰਾਤ ਨੂੰ ਮੁਜਰਾ ਕਰ ਦਿਆਂਗਾ, ਇਹਦੀ ਭੈਣ ਨੂੰ ਛੱਡ ਦਿਓ ਬਸ। ਭੈਣ ਨੂੰ ਮੈਂ ਕਿੱਦਾਂ ਛੱਡ ਦਿਓ? ਕੋਈ ਤਾਂ ਭਾਜੀ ਤਰੀਕਾ ਹੋਏਗਾ ਨਾ? ਇੱਕ ਤਰੀਕਾ ਹੈਗਾ, ਪਰ ਮੈਨੂੰ ਡਰ ਆ ਕਿ ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰ ਜਾਓ। ਜੇ ਭਾਜੀ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਉਹਦੇ ਨਾਲ ਵਿਆਹ ਕਰ ਲਵਾਂ। ਵਿਆਹ ਕਰਕੇ ਭਾਜੀ ਮੈਂ ਕਿੰਨਾ ਮਜ਼ਾ ਆਏਗਾ, ਮਾਫੀ ਚਾਹੁੰਦਾ ਜਨਾਬ। ਉਹ ਤੂੰ ਇੱਥੇ ਬੈਠਾ,
ਤੈਨੂੰ ਮੈਂ ਹਥਿਆਰ ਤੇ ਉੱਤੇ ਬਹਿ ਜੇ ਤੈਨੂੰ ਤੁਸੀਂ ਨੇ ਮੇਰੇ ਨਾਲ ਦੇਖ ਲਿਆ ਤੇ ਫੇਰ ਉਹ ਠੀਕ ਆ ਥੱਥਿਆ ਪਰ ਤੂੰ ਮੈਨੂੰ ਇੱਕ ਵਾਰੀ ਉਹ ਹੀਰਾ ਵਿਖਾ ਦੇ ਬਸ ਤਲ ਮੇਰੇ ਤਾਰੇ ਤੇ ਦਾਵਾ ਤਾਂ ਉੱਥੇ ਆ ਜਾਈ ਤੈਨੂੰ ਮੈਂ ਹੀਰਾ ਵਿਖਾ ਦਿਆਂਦਾ ਉਹ ਦਲਾਂ ਦਲਾਂ 'ਚ ਮੈਂ ਭੋਲੀ ਚੱਲਾਂ ਥਾਂ ਆਪਣੀ ਥੈ ਪਰ ਇਹਨੂੰ ਫੱਕ ਕੇ ਸੰਭਾਲ ਲਾ ਇੱਥੇ ਦੇਸ ਨਾਲੇ ਬਾਬੇ ਦਾ ਥੂਨ ਵੀ ਲੱਦਾ ਹੋਣਾ ਜੀ ਤੈਸਾ ਫਿਰ ਤਲ ਮੇਰਾ ਭਰਾ ਥੱਲੇ ਦਫਾ ਉਹਦਾ ਉਹ ਥੱਥਿਆਂ ਤੋਂ ਬੜੀ ਕੁੱਤੀ ਚੀਜ਼ਾਂ ਪਰ ਜਿੱਦਾਂ ਤੂੰ ਸਾਹਣਾ ਕੋਈ ਸ਼ਿਆਰੀ ਕੀਤੀ ਤੇਰਾ ਬੁਰਾ ਹਾਲ ਕਰ ਦਿਆਂਗੇ ਯਾਰ ਪੱਟੀ ਏਡਾ ਵੱਡਾ ਫਰਸ਼ ਧੋਂਦੇ ਕਿਧੋਣੇ ਯਾਰ ਮੈਂ ਦੇ ਨਹੀਂ ਸਮੇਂ ਲੱਗਣ ਦੇ ਹੋਇਆ ਬੰਬੀਨੋ ਸਨ ਮੈਂ ਲੈ ਆਇਆ ਮੈਨੂੰ ਓਏ ਉੱਧਰ ਵੇ ਹੋਏ ਓਏ ਸ਼ਾਹੀ ਕਿਲੇ ਦੇ ਪਹਿਰੇਦਾਰ ਆ ਪਹਿਲੇ ਮੈਂ ਵੀ ਇਹੀ ਕੰਮ ਕਰਦਾ ਰਿਹਾ ਉਹ ਜਾ ਕੰਮ ਕਰ ਮਾਮਾ ਤੂੰ ਇਹ ਕੰਮ ਨਹੀਂ ਕਰਦਾ ਰਿਹਾ ਉਹ ਯਾਰ ਮੈਂ ਸੁਣਿਆ ਇਹਨਾਂ ਨੂੰ ਜਿੱਦਾਂ ਮਰਜ਼ੀ ਛੇੜ ਦੇ ਰੋ ਹਿਲਦੇ ਨਹੀਂ ਅਗੋ ਹੈਂ ਠਹਿਰ ਜਾ ਤਰਾ ਮੈਂ ਇਹਨਾਂ ਨੂੰ ਛੇੜ ਕੇ ਉਹ ਬੱਠ ਜਾਂਦੇ ਉਹ ਠਹਿਰ ਜਾ ਕੁਛ ਨਹੀਂ ਹੁੰਦਾ ਮੈਨੂੰ ਕੁਛ ਕਹੇ ਮੈਂ ਤੇ ਦੰਦ ਨਾ ਭੰਦੇ ਆ ਓਏ ਦੱਸ ਕਿੰਨੀਆਂ ਉਂਗਲੀਆਂ ਵਾ ਓਏ ਦੱਸ ਓਹੋ ਸਿਰ ਕੀ ਨਾਈ ਦੇ ਪੀਪੇ ਚੋਂ ਕੱਢਿਆ ਈ ਉਹਨੇ ਸਿੜ ਦੇਣੀਆਂ ਤੇਰੇ ਉਹ ਡਿੱਗ ਪਈ ਉਹ ਲੜਾਈ ਹੋ ਪਈ ਹੋਏ ਬੜਾ ਠੀਕ ਹੈ ਯਾਰ ਤੂੰ ਕੋਈ ਗੱਲ ਨੀ ਪੁੱਤ ਮੈਂ ਵੀ ਤੈਨੂੰ ਬੁਲਾ ਕੇ ਛੱਡਾ ਮੈਂ ਵੀ ਬੜਾ ਠੀਕ ਹਾਂ ਤੂੰ ਮੈਨੂੰ ਜਾਣਦਾ ਨੀ ਹਲੇ ਪੁੱਤ ਮੈਂ ਬੜੀ ਭੈੜੀ ਚੀਜ਼ ਉਹ ਤੇਰੇ ਪਿੱਛੇ ਕੁੱਤਾ ਅੱਛਾ ਇਹ ਗੱਲ ਆ ਲੈ ਫਿਰ ਤਿਆਰ ਹੋਇਆ ਹੁਣ ਬੱਟ ਬਸ ਕਰ ਲੈ ਵੀ ਯਾਰ ਕੀ ਤੂੰ ਨਾ ਹਿਲਿਆ ਤੇ ਤੇਰੀ ਧੌਣ ਭਾਂਦੜੀ ਮੈਂ ਹੁਣ ਤੂੰ ਹਿਲੇ ਹੀ ਹਿਲੇ ਹੋਰ ਘੜੀ ਨੂੰ ਕੀ ਹੋ ਗਿਆ ਮੇਰੇ ਚਾਚੇ ਨੇ ਏਡੀ ਮੁਸ਼ਕਿਲ ਨਾਲ ਚੋਰੀ ਕੀਤੀ ਸੀ ਘੜੀਆਂ ਵਾਲਾ ਤੇ 25 ਰੁਪਏ ਦਿੰਦਾ ਸੀ ਪੁੱਤ ਚੋਰੀਆਂ ਕਿਉਂ ਕਰਦਾ ਤੂੰ ਚੋਰੀ ਨਾ ਕਰਾਂ ਤੇ ਰੋਟੀ ਕਿੱਥੋਂ ਖਾਵਾਂ ਭਾਜੀ ਤੁਸੀਂ ਮੈਨੂੰ ਇਹ ਦੱਸੋ ਜਿਹੜਾ ਪਿਸ਼ਕੈ 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 ਕਰਕੇ ਲੜਦੇ ਜੇ ਕਿੱਥੋਂ ਸਿੱਖਿਆ ਮੈਂ ਆਪਣੇ ਅੱਬੇ ਕੋਲ ਸਿੱਖਿਆ ਐਵੇਂ ਬਕਵਾਸ ਕਰਦਾ ਹੁਣ ਤੇ ਆਪ ਕੁਛ ਨਹੀਂ ਸੀ ਹੁੰਦਾ ਅਗਲੇ ਮਾਰ ਕੇ ਹੀਰਾ ਖੋ ਕੇ ਲੈ ਗਏ ਇਹਨਾਂ ਕੋਲੋਂ ਜਾ ਹੁਣ ਤੂੰ ਦਫਾ ਹੋ ਜਾ ਮੇਰੀ ਜੇ ਚ ਪੈਸੇ ਨਾ ਕੱਢ ਲਈ ਓਏ ਬਾਰਿਸ਼ ਆ ਕੇ ਉੱਤੇ ਕੋਈ ਪੈਰਾਂ ਭਾਰ ਬੈਠਾ ਹੁਣ ਤੁਹਾਨੂੰ ਰਹਿਣ ਵਾਸਤੇ ਮਕਾਨ ਚਾਹੀਦਾ ਨਾ ਆਹੋ ਯਾਰ ਆਇਓ ਅੰਦਰ ਆਇਓ ਆਰਾਮ ਨਾਲ ਰੋ ਕੋਈ ਰੋਲਾ ਨਹੀਂ ਕੋਈ ਘਰ ਆਪਣਾ ਹੀ ਹੈ ਨਾ ਮਤੀ ਅਸਲ ਮਾਲਕ ਆ ਜਾਣ ਉਤੋਂ ਆਹੋ ਭਾਈ ਤੇਰਾ ਪਤਾ ਵੀ ਕੋਈ ਨਹੀਂ ਭਾਜੀ ਤੁਸੀਂ ਤੇ ਏਦਾਂ ਸਿਗਰਟ ਪੀਂਦੇ ਜਿੱਦਾਂ ਤੁਹਾਡੀਆਂ ਚਾਰ ਭੈਣਾਂ ਵਿਆਹਣ ਵਾਲੀਆਂ ਨੇ ਉਹ ਤੈਨੂੰ ਕਿੱਦਾਂ ਪਤਾ ਵਿਆਹਣ ਵਾਲੀਆਂ ਤੇ ਹੈਗੀਆਂ ਪਰ ਮੈਂ ਕਹਿੰਦਾ ਯਾਰ ਚਾਰ ਪੈਸੇ ਹੋਣ ਤੇ ਮੈਂ ਉਹਨਾਂ ਦੇ ਹੱਥ ਪੀਲੇ ਕਰ ਹੀ ਦਿਆਂ ਭੈਣਾਂ ਦਾ ਬੋਝ ਜਿਹੜਾ ਨਾ ਬੜੀ ਟੈਨਸ਼ਨ ਹੁੰਦੀ ਭਾਈ ਪਰ ਮੈਨੂੰ ਹੁਣ ਲੱਗਦਾ ਮੈਨੂੰ ਪਹਿਲੇ ਆਪਣਾ ਕਰਨਾ ਪੈਣਾ ਯਾਰ ਕੱਲ ਦੀ ਮੈਂ ਪੱਟੀ ਦੀ ਭੈਣ ਵੇਖੀ ਆ ਵੇਖੀ ਆ ਤੇ ਫੇਰ ਆਏ ਏਡੀ ਸੋਹਣੀ ਕੁੜੀ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਵੇਖੀ ਪੱਟੀ ਮੰਨ ਜਾਵੇ ਇਹਨਾਂ ਦਾ ਯਾਰ ਫੇਰ ਆ ਪਰ ਪੱਟੀ ਮੇਰੀਆਂ ਸਾਰੀਆਂ ਕਰਤੂਤਾਂ ਜਾਣਦਾ ਮੈਨੂੰ ਪਤਾ ਉਹਨੇ ਨਹੀਂ ਮੰਨਣਾ ਛੇਤੀ ਮੈਨੂੰ ਕੱਢ ਕੇ ਲੈ ਜਾਣੀ ਪੈਣੀ ਹੈ ਉਹ ਬਾਂਦਰ ਤੇ ਬੱਚਾ ਇੱਥੇ ਬੈਠਾ ਜਾਣਾ ਕਿਸ ਟਾਈਮ ਆ ਉਹ ਚੱਲ ਹੁਣ ਚੱਲ ਮੇਰੇ ਵੱਲੋਂ ਮੈਂ ਇੱਥੇ ਕਰਨ ਨੇ ਆਖਰੀ ਸਿਗਰਟ ਸੀ ਮੋਗਿਆ ਚੱਲ ਚੱਲੀਏ ਓਏ ਸ਼ਰਾਬ ਪਾਈ ਬੇਟਾ ਆ ਇੱਕ ਪੀ ਲੈਣ ਦੇ ਬਸ ਓਏ ਹੌਲੀ 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 ਬੇਟਾ ਇਹ ਨਹਿਰੀ ਪਾਣੀ ਨਹੀਂ ਸ਼ਰਾਬ ਆ ਉਹ ਪੱਟੀ ਸਾਹਿਬ ਆ ਕੀ ਚੀਜ਼ ਆ ਓਏ ਪੱਟੀ ਨੂੰ ਕੀ ਦੱਸਦਾ ਤੂੰ ਹੈ ਮੇਰੇ ਨਾਲ ਗੱਲ ਕਰ ਪੱਟੀ ਅਫਸਰ ਲੱਗਾ ਮੇਰੇ ਤੇ ਚੁੱਪ ਕਰ ਚਲੋ ਪੱਟੀ ਸਾਹਿਬ ਚਲੋ ਚੱਲੀਏ ਚਲੋ ਮੈਂ ਜਨਾਬ ਤਿਆਰ ਹਾਂ ਲਫੜੋ ਮੈਂ ਵੀ ਨਹੀਂ ਪੀਂਦਾ ਚਲੋ ਐ ਪੱਟੀ ਸਾਹਿਬ ਮੈਂ ਐਸਾ ਪਲਾਨ ਬਣਾਇਆ ਕਾਗਜ਼ ਦੇਖੋ ਖੋਲੋ ਜ਼ਰਾ ਇਹਨੂੰ ਖੋਲੋ ਖੋਲੋ ਇਹ 'ਚ ਤੁਹਾਡੇ ਨਾਮ ਫਾਂਸੀ ਨਹੀਂ ਲਿਖੀ ਜਨਾਬ ਖੋਲੋ ਐ ਭਾਜੀ ਜਿਹੜੀ ਕੋਠੀ ਨਾ ਇਹਦੇ ਵਿੱਚ ਆਪਾਂ ਵੜਨਾ ਇਹਦੇ ਦੋ ਹੀ ਤਰੀਕੇ ਜਾਂ ਤੇ ਗੇਟ ਤੋੜ ਕੇ ਵੜੀਏ ਤੇ ਜਾਂ ਕੰਧ ਟੱਪ ਕੇ ਵੜੀਏ ਓਏ ਮੈਂ ਤੇ ਕਹਿੰਦਾ ਇਹਨੂੰ ਵੀ ਨਾਲ ਪੱਠੀ 'ਚ ਛੇੜ ਦਿਓ ਬਕਵਾਸ ਬੰਦ ਕਰ ਓਏ ਤੂੰ ਤੀਜੇ ਮੱਲਿਓ ਮਾਮਾ ਵਿੱਚ ਸ਼ੁਰੂ ਹੋ ਜਾਣਾ ਤੁਸੀਂ ਉਹਨੂੰ ਛੱਡੋ ਇੱਧਰ ਦੇਖੋ ਇਹ ਕਾਰਡ 'ਚ ਜਨਾਬ ਇਹ ਮਲਕਾਂ ਦੀ 50ਵੀਂ ਸਾਲਗਿਰਾ ਤੇ ਇੱਕ ਬਹੁਤ ਵੱਡੀ ਦਾਵਤ ਆ ਤੁਸੀਂ ਉਹਨਾਂ ਦੇ ਮਹਿਮਾਨ ਬਣ ਕੇ ਚਲੇ ਜਾਓ ਹਾਂ ਗੱਲ ਵੈਸੇ ਸਹੀ ਹੈ ਯਾਰ ਭਾਜੀ ਜਿਹੜੇ ਮਹਿਲ ਦੇ ਬਾਹਰ ਚੌਕੀਦਾਰ ਹੁੰਦੇ ਉਹਨਾਂ ਨੇ ਸਾਨੂੰ ਅੰਦਰ ਨਹੀਂ ਵੜਨ ਦੇਣਾ ਚੋਰਾਂ ਦੀਆਂ ਬੂਥੀਆਂ ਸਾਡੀਆਂ ਭਾਜੀ ਤੁਸੀਂ ਕੋਈ ਟੋਰੀ ਜਾਂ ਡਰੈਸ ਪਾ ਕੇ ਚਲੇ ਜਾਓ ਟੋਰੀ ਜਾਂ ਡਰੈਸ ਓਏ ਆ ਕੁੱਕੜੀ ਲਾ ਮੇਰੇ ਸਿਰ ਤੋਂ ਓਏ ਕੋਈ ਸ਼ਕਲ ਨਾਲ ਕੰਮ ਲੈ ਕਿਉਂ ਮੈਨੂੰ ਵੀ ਨਾਲ ਫਸਾਉਣਾ ਤੂੰ
ਉਹ ਤੂੰ ਤੇ ਫਾਸੀ ਜਾਏ ਤੇ ਚੰਗਾ। ਉਹ ਯਾਰ ਤੈਨੂੰ ਸਮੇਂ ਲੱਗਣ ਦੀ, ਏਦਾਂ ਧੌਣ ਲਾ, ਇੱਧਰ ਵੇ ਇੱਧਰ ਵੇ। ਐ ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਆਵਾਂਗੀ ਹਵਾ ਬਣ ਕੇ। ਓ ਆਹ ਆਹ ਵਾਹ ਜੀ ਵਾਹ ਸੁਭਾਨ ਬੂਹੇ ਬਾਰੀਆਂ। ਓਏ ਕੀ ਹੋਇਆ? ਉਹ ਪੱਟੀ ਤੇ ਕਿਸੇ ਕਿਸਮ ਦਾ ਡਰਾਮਾ ਨਾ ਕਰੀ, ਇੱਕ ਵਾਰੀ ਹੀਰਾ ਅੱਛਾ ਜੇ ਫਿਰ ਜੋ ਮਰਜ਼ੀ ਕਰ ਲਈ ਤੂੰ, ਨਾਲੇ ਅਸੀਂ ਪੱਟੀ ਤੇਰੀ ਭੈਣ ਨੂੰ ਬਚਾਉਣਾ ਸਾਡੀ ਇੱਜ਼ਤ ਦਾ ਸਵਾਲ ਆ। ਕੋਈ ਤੇੜ ਫੇੜ ਨਾ ਕਰੀ, ਉਹਨਾਂ ਨੇ ਤੇਰੀ ਧੌਣ ਲਾ ਦੇਣੀ ਹੋ। ਬਹੁਤਾ ਨਾ ਹੈਲੋ ਤੋਂ ਕੁੱਕੜੀ ਡੇਗ ਪੈਣੀ, ਆ ਜਾ ਆਰਾਮ ਨਾਲ ਪਿੱਛੇ। ਉਹ ਤੂੰ ਕਿੱਧਰ ਆਈ ਜਾਂਦੇ ਆ? ਭਾਜੀ ਮੈਂ ਵੀ ਅੰਦਰੋਂ ਵੇਖਣਾ ਵਾ। ਓਏ ਜਾ ਘੋੜੇ ਦੇ ਕੋਲ ਜਾ, ਜੇ ਉਹਨੇ ਲਿੱਦ ਕਰ ਦਿੱਤੀ ਨਾ ਤੇ ਇੱਥੋਂ ਬਹੁਤ ਕੁੱਟ ਪੈਣੀ ਆ, ਹੱਥੀ ਚੁੱਕਣੀ ਪੈਣੀ ਸਾਨੂੰ ਸਾਰਿਆਂ ਨੂੰ। ਜਾ, ਮੈਨੂੰ ਚੁੱਕਣੀ ਪੈਣੀ ਆ। ਉਹ ਬੱਚਾ ਵਾ, ਉਹਦੇ ਨਾਲ ਆਰਾਮ ਨਾਲ ਬੋਲ। ਲੈ ਬੱਚੇ ਭਲਾ ਇਦਾਂ ਦੇ ਹੁੰਦੇ ਆ, ਤੁਰੇ ਜਾਂਦੇ ਬੰਦੇ ਦੀ ਜੇਬ ਕੱਟ ਲੈਂਦਾ ਤੇ ਬੱਚਾ ਵਾ। ਆ ਜਾ ਤੂੰ। ਉਹ ਭਾਈ ਸਾਹਿਬ ਕੌਣ ਹੋ ਤੁਸੀਂ? ਮੈਂ ਵੱਡੇ ਖਾਨ ਸਾਹਿਬ ਹੁਣਾਂ ਨੂੰ ਵੀ ਦੱਸਣਾ ਨਾ। ਸ਼ਾਹ ਜੀ ਘੁੰਮਣ, ਸ਼ਾਹ ਘੁੰਮਣ। ਭਾਈ ਸਾਹਿਬ ਤੁਹਾਡਾ ਕੀ ਨਾਮ ਹੈ, ਤੁਸੀਂ ਵੀ ਦੱਸ ਦਿਓ, ਮਿਹਰਬਾਨੀ ਤੁਹਾਡੀ। ਇਕਬਾਲ। ਆ ਜਾਓ ਭਾਈ ਸਾਹਿਬ। ਭਾਈ ਸਾਹਿਬ ਇੱਧਰ ਦੇਖੋ, ਓਏ ਸ਼ਾਹਦ ਤੇ ਇਕਬਾਲ ਆਏ ਨੇ, ਇਹਨਾਂ ਨਾਲ ਤਾਂ ਜਰਾ ਮਿਲ ਲਵੋ। ਹੈਲੋ 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 ਜਨਾਬ, ਹੈਲੋ ਬਿਸਮਿਲ੍ਲਾ। ਸਾਰੇ ਇੰਤਜ਼ਾਮ ਠੀਕ ਕੀਤੇ ਆ, ਤੁਸੀਂ ਤਮੀ ਤੇ ਨਹੀਂ? ਭਾਜੀ ਸਾਰੇ ਇੰਤਜ਼ਾਮ ਮੈਂ ਬੜੇ ਜ਼ਬਰਦਸਤ ਕੀਤੇ ਆ, ਤੁਸੀਂ ਬੇਫਿਕਰ ਹੋ ਜਾਓ, ਘਬਰਾਉਣ ਵਾਲੀ ਕੋਈ ਗੱਲ ਨਹੀਂ। ਭਾਜੀ ਵੈਸੇ ਬੜਾ ਤੁਹਾਡਾ ਨਾਕਾ ਜਿਵੇਂ ਰਕਸ਼ੇ ਨੂੰ ਹੱਥ ਦਿੱਤਾ, ਉਹ ਲੈ ਤਾਂ ਗੱਲ ਆ ਕਿ ਭਾਜੀ ਤੁਸੀਂ ਰਾਜ ਗੱਦੀ ਤੇ ਨਹੀਂ ਬਹਿ ਸਕਦੇ, ਪਰ ਤੁਸੀਂ ਸਾਡੇ ਪਹੁੰਚੇ ਜਨਾਬ। ਓਏ ਵੱਡੀ, ਮੈਨੂੰ ਤੇ ਬੜੀ ਭੁੱਖ ਲੱਗੀ, ਯਕੀਨ ਕਰ ਮੱਤ ਵੱਜ ਗਈ, ਸਵੇਰ ਦਾ ਚਾਹ ਦਾ ਕੱਪ ਪੀਤਾ ਮੈਂ। ਰੋਟੀ ਖਾ ਕੇ ਤੇ ਫੇਰ ਹੀਰਾ ਲੱਭਾਂਗੇ। ਭਾਈ ਸਾਹਿਬ ਤੁਸੀਂ ਰੋਟੀ ਨਹੀਂ ਖਾ ਰਹੇ? ਹੈ, ਉਹ ਨਵੇਂ ਆਏ ਜੇ, ਸਭ ਤੋਂ ਟੌਰੀ ਚੀਜ਼ ਤੁਹਾਡੇ ਅੱਗੇ ਪਈ ਹੈ, ਤੁਹਾਨੂੰ ਪਤਾ ਹੀ ਨਹੀਂ। ਓਏ ਬਕਵਾਸ ਕਰਦੇ ਜੇ, ਤੇ ਕਹਿਣ ਤੇ ਕੁਛ ਨਾ ਖਾਈ, ਨੇ ਬਾਅਦ ਚ ਬਿੱਲ ਬਣਾ ਕੇ ਸਾਡੇ ਅੱਜ ਫੜਾ ਦੇਣਾ ਹੀ। ਭੱਟ ਸਾਹਿਬ ਉੱਧਰ ਦੇਖੋ ਕੀ ਪਿਆ। ਓਏ ਬਰਗਰ ਸੀ। ਓਏ ਬਰਗਰ ਮੈਂ ਬੜੇ ਸ਼ੌਕ ਨਾਲ ਖਾਂਦਾ, ਪੱਟੀ ਭਰੇ ਜਾਂਦੂ। ਓਏ ਪੱਟੀ ਭਾਜੀ ਬਹੁਤ ਖਾਂਦਾ ਜੀ। ਓ ਭਾਜੀ ਆ ਪਲੇਟ ਤੇ ਦਿਓ ਕੋਈ, ਪਹਿਲੇ ਮੈਂ ਕਾਲਾ ਜਿਹਾ ਖਾਵਾਂਗਾ। ਕੀ ਆ? ਓ ਕਿਆ ਬਾਤ ਆ ਭਾਜੀ, ਬੜੇ ਜ਼ਬਰਦਸਤ ਆ। ਉਹ ਕਾਕਾ ਜ਼ਬਰਦਸਤ ਤੇ ਆਪੇ ਹੀ ਹੋਣੇ ਆ, 35 ਚੂਹੇ ਮਾਰੇ ਫੇਰ ਆ ਇੱਕ ਬੰਦਾ ਹੀ। ਕੁੱਤੇ ਦੇ ਪੁੱਤਰਾ ਕੀ ਖਵਾਤਾ ਈ ਹੋਏ। ਲੈ ਪੱਟੀ ਮੈਂ ਕਰੂਰੀ ਕਰ ਕੇ ਆਇਆ ਯਾਰ। ਕੁੱਤੇ ਦਾ ਦੋਸ਼ ਥਾ ਉਹਦੇ, ਸਵੇਰੇ ਮੈਂ ਦਲੀ ਚੋਂ ਫੜ ਕੇ ਭੁੰਨਿਆ, ਬੜਾ ਮਜ਼ੇਦਾਰ ਆ ਭਾਜੀ। ਆਓ ਜਨਾਬ, ਕੈਸੀ ਤਬੀਅਤ ਆ? ਛੁੱਤਰ ਅੱਲਾ ਦਾ। ਤੁਹਾਨੂੰ ਮੈਂ ਪਹਿਲੇ ਭਾਜੀ ਤਦੀ ਨਹੀਂ ਦੇਖਿਆ, ਤਿੱਥੋਂ ਆਏ ਜੇ? ਹਰ ਬੰਦੇ ਤੇ ਭਾਜੀ ਮੇਰਾ ਵਾਤਫ ਆ, ਨਾਲੇ ਭਾਜੀ ਬਹੁਤੀ ਦੇਰ ਮੈਂ ਚੀਨ ਦੇ ਵਿੱਚ ਹੀ ਰਿਹਾ। ਮੈਂ ਸੁਣਿਆ ਤੁਹਾਨੂੰ ਥੋੜ੍ਹੀ ਦੇਰ ਹੀ ਹੋਈ ਚੀਨ ਤੋਂ ਆਇਆ ਨੂੰ, ਪਰ ਇਹ ਦਾਲਾ ਇਹਦਾ ਮਤਲਬ ਤੁਸੀਂ ਮੈਨੂੰ ਜਾਣਦੇ ਜੇ? ਅਨਤਰੀ ਭਾਜੀ ਹੁਣ ਚੀਨ ਤੇ ਸ਼ਾਦੀ ਧੂਮਤ ਹੋ ਜਾਏ ਜੀ, ਦੇਖਿਓ ਤੁਸੀਂ ਚੀਨ ਦੀ ਸਾਰੀ ਵਾਮ ਸ਼ਾਦੇ ਇਸ਼ਾਰਿਆਂ ਤੇ ਚੱਲਿਆ ਤਰੇ ਦੀ। ਚੀਨੀ ਬੜੇ ਬਹਾਦਰ ਹੁੰਦੇ ਆ, ਉਹਨਾਂ ਤੇ ਹਕੂਮਤ ਕਰਨਾ ਸੌਖਾ ਨਹੀਂ, ਬੜਾ ਔਖਾ ਕੰਮ ਆ। ਵੈਰੀ ਦੁੱਧ, ਮੈਨੂੰ ਉੱਥੇ ਤਾਂ ਤਰਨ ਦਾ ਬੜਾ ਮਜ਼ਾ ਆਉਂਦਾ। ਮੈਂ ਤਲਦਾ, ਮੈਂ ਧਰੀ ਦਾ ਮੁੱਲ ਲਵਾਉਂਦਾ ਨਾ, ਜਿਹਦੀ ਚੁੱਕੀ ਉਹਨੂੰ ਹੀ ਨਾ ਵੇਚ ਆਉਣਾ ਭਾਜੀ। ਉਹ ਪੱਟੀਏ ਬੰਦਾ ਉਹੀ ਸੀ ਨਾ? ਉਹੀ ਸੀ ਕੁੱਤੇ ਦਾ ਪੁੱਤ। ਉਹ ਥੋੜਾ ਕੁ ਪਰੇ ਹੋ, ਉੱਠਿਆ ਜਾ ਮਾਮਾ, ਪਹਿਲੇ ਮਿੰਟ ਵੇਖ ਲੈਂਦੇ। ਉਹ ਪੱਟੀ ਕੁਛ ਕੱਢਣ ਦੇ ਆਈ, ਕੁਛ ਕੱਢਣ ਦੇ ਆਈ। ਉਹਦੇ ਚ ਚਾਬੀ, ਉਹ ਤਾਂ ਸ਼ੇਰ ਬਣਿਆ ਈ। ਸ਼ੇਰ ਵਾਲੀ ਚਾਬੀ ਉਹ ਤਾਂ ਮੇਰੇ ਅੱਬੇ ਦੀ ਆ, ਪਰੇ ਹੋ ਜਾ ਤੂੰ, ਮੈਨੂੰ ਨਹੀਂ ਛੱਡ। ਠਹਿਰ ਜਾ ਜ਼ਰਾ, ਠਹਿਰ ਜਾ।
ਐਵੇਂ ਅੰਦਰ ਜਾ ਕੇ ਮਾਮਾ ਦੰਦ ਬਣਾ ਲੇਗਾ। ਓਏ ਤੂੰ ਭਰਿਆ ਜਾ। ਤੈਨੂੰ ਮੈਂ ਕਿਹਾ ਸੀ ਨਾ ਆਰਾਮ ਨਾਲ ਜਾਵਾਂਗੇ, ਲੈ ਲਾ ਚਾਬੀ ਹੁਣ। ਠਹਿਰ ਜਾ, ਉਹਨੂੰ ਕੋਈ ਸ਼ੋਹੀ ਨਾ ਕਰੀ, ਠਹਿਰ ਜਾ ਇੱਕ ਮਿੰਟ। ਮੈਨੂੰ ਹਿਸਾਬ ਲਾ ਲੈਂਦੇ ਸਾਰਾ ਪਹਿਲੇ, ਮਾਮਾ ਹਰ ਜਗ੍ਹਾ ਤੂੰ ਹੀ ਫਸਾਇਆ ਮੈਨੂੰ। ਓਏ ਪੱਟੀ ਕੋ, ਮੈਨੂੰ ਸ਼ਕਲੋਂ ਹੀ ਬੜਾ ਚਲਾਕ ਲੱਗਦਾ ਸੀ, ਇੱਕ ਮਿੰਟ ਜਿੱਥੋਂ ਗਾਇਬ ਹੋ ਗਿਆ। ਇਹਦਾ ਮਕਸਦ ਆ ਕਿ ਇੱਥੇ ਕੋਈ ਚੋਰ ਰਸਤਾ ਹੈਗਾ ਵਾ, ਆਪਾਂ ਹੁਣ ਇੱਥੇ ਚੋਰ ਰਸਤਾ ਲੱਭਣਾ। ਕਿਹੜਾ ਚੋਰ ਰਸਤਾ ਐਸਾ ਵਾ ਜਿੱਧਰੋਂ ਦੀ ਉਹ ਬਾਹਰ ਚਲਾ ਗਿਆ? ਹੈ ਆਪਾਂ ਹੁਣ ਰਸਤਾ ਲੱਭਣਾ ਵਾ, ਤੂੰ ਵੀ ਲੱਭ, ਮੈਂ ਵੀ ਲੱਭਦਾ ਵਾਂ। ਇੱਥੇ ਕਿਤੇ ਹੋਣਾ, ਇਹਨੂੰ ਫੜ। ਓਏ ਕਿਤਾਬਾਂ ਨੂੰ ਬਰਕ, ਤੂੰ ਵੀ ਕਰ ਮਾਮਾ ਢਿੱਲਾ ਜਿਹਾ ਲੱਗਾ, ਜਿੱਥੇ ਗੱਲ ਲੱਭ। ਕਿੱਧਰ ਗਿਆ? ਇੱਥੇ ਕੋਈ ਬਟਨ ਬੁਟਨ ਹੋਣਾ ਹੀ ਪੱਟੀ। ਮਾਮਾ ਮੈਨੂੰ ਪਿਸ਼ਾਬ ਵੀ ਨਹੀਂ ਉਹ ਕਰਨ ਦਿੱਤਾ, ਉੱਤੋਂ ਮੈਨੂੰ ਫਸਾ ਦਿੱਤਾ ਜੀ। ਇੱਥੋਂ ਹੁਣ ਬਾਹਰ ਕਿੱਦਾਂ ਨਿਕਲਾਂਗੇ? ਬੜੇ ਪੈੜੇ ਫਸੇ ਹਾਂ। ਉੱਤੇ ਦੇਖ ਲੈ ਮੈਨੂੰ ਇੱਕ ਮਿੰਟ, ਉੱਤੇ ਉਹ ਸਾਹਮਣੇ ਵੇਖ, ਸਾਹਮਣੇ ਉੱਤੇ ਵੇਖ, ਉਹ ਤਸਵੀਰ ਮੇਰੇ ਵੱਲ ਵੇਖਣ ਦੀ ਆ। ਅੱਖਾਂ ਦੇ ਉਹਦੀਆਂ, ਮੂੰਹ ਵੇਖ। ਓਏ ਇੱਕ ਤੇ ਤੂੰ ਮੈਨੂੰ ਟੈਨਸ਼ਨ ਪਾਈ ਆ। ਓਏ ਮਾਮਾ ਕਦੀ ਤਸਵੀਰ ਨਹੀਂ ਵੇਖੀ? ਗੌਰ ਕਰ, ਔਰ ਕਰ, ਤੂੰ ਜਿੱਧਰ ਮਰਜ਼ੀ ਚੱਲ ਜਾਣਾ ਤੇਰੇ ਲਈ ਵੇਖਦੀ ਰਹਿਣਾ। ਜਾ ਜਿੱਧਰ ਮਰਜ਼ੀ ਚੱਲ ਜਾ, ਉੱਧਰ ਜਾ ਕੇ ਵੇਖ ਲੈ, ਉੱਧਰ ਵੀ ਤੇਰੇ ਲਈ ਵੇਖੂਗੀ। ਓਏ ਪੱਟੀ, ਮੈਨੂੰ ਲੱਗਦਾ ਦੋਪੇ ਦਾ ਬਦਲਾ ਲੈਂਦੇ ਲੈਂਦੇ ਨਾਲ ਮੈਨੂੰ ਵੀ ਮਰਵਾਏਗਾ। ਓ ਬਟ, ਉੱਧਰ ਵੇਖ, ਉਹ ਕੁੱਤਾ ਮੇਰੇ ਨਾਲ ਵੇਖਣ ਦੇ, ਉਹ ਵੇਖੀ ਜ਼ਰਾ। ਓਏ ਉਹ ਤੂੰ ਮਾਰੀ ਜਾ ਤੇ ਚੰਗਾ। ਓਏ ਕੀ ਮੀਨੂ ਸਕਿਆਂ ਦੀ ਕਿਤਾਬ, ਆਹਾ ਆਹ ਪੜਾਂਗਾ ਮੈਂ ਤੇ ਭਾਈ। ਤੂੰ ਖਾ ਖਸਮਾਂ ਨੂੰ, ਮੈਨੂੰ ਬੁਲਾਈ ਨਾ, ਹੁਣ ਮੈਨੂੰ ਕਿਤਾਬ ਪੜ੍ਹ ਲੈ ਤੇ ਤੈਨੂੰ ਮੈਂ ਦੱਸ ਦਿੱਤਾ ਈ। ਓ ਬਟ, ਓਏ ਓ ਬਟ, ਓਏ ਹਟੀ ਨਾ ਤੂੰ, ਜੈਕੀ ਚਾਹੁੰਦੇ ਨਜਾਇਜ਼ ਬੱਚੇ। ਓਏ ਕਿਹੜੀ ਜਗ੍ਹਾ ਯਾਰ, ਲੱਗਦਾ ਥੱਥਾ ਪਹਿਲੇ ਸੁਨਿਆਰਾ ਹੁੰਦਾ ਸੀ। ਓਏ ਓਏ ਆ ਤੂੰ, ਉਹੀ ਮੇਰੇ ਪਿਆਲਾ, ਓਏ ਆ ਤੂੰ ਉਹੀ ਆ, ਇਹਦੀ ਚਾਬੀ ਇੱਥੇ। ਓਏ ਪੈਂਤੀ ਦੀ ਠੁੱਕ ਚੱਲੀ ਸੀ। ਕਿਸੇ ਕੁੱਤੇ ਦੇ ਆ ਪੁੱਤਰਾ, ਪੜ੍ਹਨਾ ਨਹੀਂ ਤੂੰ। ਪੱਟ ਪੱਟ ਡਰਾ ਕੇ ਰਸਤਾ ਈ, ਇਹਨੂੰ ਤਾਂ ਮੈਂ ਪਾਵਾਂ ਜੇਬ ਚ ਪਹਿਲੇ। ਓਏ ਪੱਟੀ ਕਿੱਥੇ ਗਿਆ? ਪੱਟੀ ਪੱਟੀ, ਓਏ ਲਓ ਅੱਬੇ ਦੇ ਕਾਤਲਾਂ ਲੱਭਣ ਆਇਆ ਜੇ, ਮੈਨੂੰ ਲੱਭਣੇ ਪੈਣੇ, ਉਹਨੇ ਕੁਛ ਨੀ ਕਰਨਾ, ਵਿਹਲਾ ਫਿਰਦਾ ਹੋਣਾ ਕਿਤੇ। ਮੇਰੀ ਇੱਥੇ ਜਾਣ ਤੇ ਬਣੀ ਆ, ਪਤਾ ਨੀ ਕਿੱਧਰ ਨਿਕਲ ਗਿਆ। ਮੈਂ ਹਾਲੇ ਵਾਲ ਵੀ ਕਟਾਉਣ ਜਾਣਾ ਸੀ। ਅੱਛਾ ਵੀ ਪੱਟੀ, ਹੁਣ ਤੂੰ ਮੇਰਾ ਡਰਾਮਾ ਲਾਉਣ ਡਿਆ ਇੱਥੇ, ਲਾਇਆ ਫਿਰ ਅੱਜ ਤੈਨੂੰ ਵੀ ਮੈਂ ਲੱਭ ਕੇ ਛੱਡਣਾ, ਜੋ ਮਰਜ਼ੀ ਹੋ ਜਾਵੇ। ਆ ਗਿਆ ਹੀ ਮੈਂ, ਆ ਗਿਆ ਹੀ, ਫੜ ਲਿਆ। ਓ ਪੱਟੀ ਮਰ ਗਿਆ, ਓ ਬਚਾਈ ਮੈਨੂੰ ਪੱਟੀ। ਓਏ ਓ ਫੜੀ ਫੜੀ, ਅੱਜ ਨਹੀਂ ਬਚਦਾ, ਅੱਜ ਨਹੀਂ ਮੈਂ ਬਚਦਾ, ਅੱਜ ਨਹੀਂ ਮੈਂ ਬਚਦਾ। ਓਏ ਆ ਕੀ ਹੋਇਆ? ਸੁਗਰਾ ਮਾਰ ਲੈ, ਹੋਰ ਮਾਰ ਮਾਰ, ਇੱਥੇ ਵੀ ਮਾਰ ਮਾਰ। ਏ ਏ ਏ, ਤੂੰ ਨਾ ਆਉਂਦੀ ਤੇ ਮੇਰੇ ਪਰਸੋਂ ਕੋਲ ਹੋਣੇ ਸੀ। ਓਏ ਉਹ ਕਿੱਥੇ ਆ ਗਿਆ ਸੀ? ਲੱਗਦਾ ਕੋਈ ਜਲੂਸ ਲੰਘ ਗਿਆ। ਓਏ
ਜਦੋਂ ਸੋਵਾਂ ਮਾਹੀ ਦੇ ਨੇੜੇ ਹੋਵਾਂ ਮੰਜੀ ਦੇ ਵਿੱਚ ਡਾਂਗ ਫੇਰਦਾ ਕੈਸਾ ਆਲੇ ਫੜ ਆਹ ਵੀ ਫੜ ਆਹ ਦੇ ਦੇ ਮੈਨੂੰ ਆਹ ਵੀ ਫੜ ਆਹ ਵੀ ਫੜਨਾ ਇਹ ਆਲਾ ਵੀ ਫੜਨਾ ਇਹ ਆਲਾ ਟੋਪੀ ਵੀ ਫੜਾ ਆਪਣੀ ਯਾਦ ਰੱਖ ਫੜਾ ਦੇ ਉਹ ਤੂੰ ਭਾਈ ਕਿੱਧਰ ਚੱਲਾ ਰਾਮ ਨਾਲ ਠੀਕ ਹੈ ਉੱਠ 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 ਉਹ ਨਾ ਦੌੜਦੀ ਰਾਵਾ ਸੁਗਰਾ ਤੂੰ ਇੱਥੇ ਬਹੁਤ ਅੱਛੇ ਤੇਰੀ ਤੇ ਮੌਜ ਲੱਗੀ ਇੱਥੇ ਹੀਰਾ ਲੱਭ ਗਿਆ ਉਹ ਨਿਕਲੋ ਭਾਈ ਇੱਥੋਂ ਕਿਉਂ ਮਰਵਾਉਣਾ ਤੂੰ ਮੈਨੂੰ ਭਰਾਵਾ ਇਹ ਚ ਹੀਰਾ ਨਹੀਂ ਹੈਗਾ ਮੈਂ ਤੇ ਆ ਪਤਾ ਨੀ ਤੀ ਹੋ ਦਿਆ ਯਾਰ ਮੇਰੇ ਅੱਬੇ ਨੇ ਮੈਨੂੰ ਕਿਹਾ ਸੀ ਪੁੱਤ ਜਿੱਥੇ ਵੀ ਜਾਵੇ ਅਗਲੇ ਨੂੰ ਹਲਾ ਕੇ ਰੱਖ ਦਿਆ ਕਰ ਹੀਰਾ ਦਹਾ ਧਿਆਨ ਨਾ ਦੇ ਤੀ ਥੱਲੇ ਨਾ ਥਿੱਤ ਦੀ ਉਰੇ ਫੜਾ ਓਏ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੇਰਾ ਛੋਟਾ ਭਰਾ ਸੀਰੇ ਨਾਲ ਬੜੇ ਸ਼ੌਕ ਨਾਲ ਖੇਡਦਾ ਹੁੰਦਾ ਸੀ ਇੱਕ ਦਿਨ ਮੈਂ ਸੀਰੇ ਨੂੰ ਹੱਥ ਲਾਇਆ ਤੇ ਮੇਰੀ ਸੁਤੇਲੀ ਮਾਂ ਨੇ ਮੈਨੂੰ ਬੜਾ ਮਾਰਿਆ ਓਏ ਉਹ ਲੱਤ ਕੋ ਖਿੱਚੀ ਮਾਮਾ ਓਏ ਸੁਗਰਾਂ ਨੇ ਖਿੱਚੀ ਓ ਭਾਦੀ ਹੀਲਾ ਮੈਂ ਉੱਥੋਂ ਲੈ ਆਵਾਂ ਹੁਣ ਤੁਸੀਂ ਮੇਲਾ ਤਾਮ ਤਾ ਦਿਓ ਤੇ ਆਪਣਾ ਹੀਲਾ ਲੈ ਲਓ ਓਏ ਆ ਇੱਧਰ ਉਹ ਕੌਣ ਆਏ ਇਹ ਸਾਡੇ ਬਾਦਸ਼ਾਹ ਦਾ ਸੁਤੇਲਾ ਪੁੱਤਰ ਆ ਇਹਨੂੰ ਚੀਨ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਇਹ ਸ਼ਾਹੀ ਹੀਰਾ ਚੁੱਕਦਾ ਫੜਿਆ ਗਿਆ ਸੀ ਇਹਨੂੰ ਸਾਡੇ ਅੱਬੂ ਨੇ ਫੜਿਆ ਸੀ ਇਹਨੇ ਉਦਣ ਦੀ ਕਸਮ ਖਾਦੀ ਸੀ ਕਿ ਮੈਂ ਹੀਰਾ ਲੈ ਕੇ ਰਹਿਣਾ ਓਏ ਇਹਨੇ ਅੱਛਾ ਜੀ ਆਓ ਜਰਾ ਦੇਖੀਏ ਇਹਨੂੰ ਜਨਾਬ ਅਸੀਂ ਸਾਰੇ ਇੰਤਜ਼ਾਮ ਤਾਂ ਦਿੱਤੇ ਨੇ ਘਬਰਾਓ ਨਾ ਜਨਾਬ ਸਾਡੇ ਲਈ ਹਰ ਚੀਜ਼ ਤਿਆਰ ਏ ਓ ਐਡਾ ਮਹਿੰਗਾ ਹੀਰਾ ਹੋਵੇ ਪੱਟੀ ਮੇਰੇ ਕੋ ਮੈਂ ਉਸੇ ਲਈ ਦਿਆਂ ਹੀਰੇ ਲ ਮੈਲੀ ਆਖਣਾ ਨਾ ਵੇਖੀ ਉਹ ਬੇਫਿਕਰ ਹੋ ਜਾ ਭਾਈ ਮੈਨੂੰ ਕਿਹੜਾ ਤੁਸੀਂ ਦੇ ਦੇਣਾ ਹੀਲਾ ਦੇ ਦਿਓ ਤੇ ਹੁਣ ਤੁਸੀਂ ਨਿੱਤ ਲਓ ਉਹ ਸੁਗਰਾਂ ਕਿੱਥੇ ਗਈ ਓਏ ਪੱਟੀ ਉਹਨੇ ਦੇਖ ਲਈ ਓਏ ਹੀਰਾ ਫੜ ਪੱਟੀ ਓਏ ਗੋਲੀ ਮਾਰਨ ਲਗਾਈ ਓਏ ਓਏ ਹਰਾਮ ਦਿਆ ਤੂੰ ਕਿੱਧਰ ਆ ਗਿਆ ਓਏ ਉਰੇ ਫੜਾ ਦੇ ਮੈਨੂੰ ਓਏ ਮੈਂ ਤੇਰੀ ਲੱਤਾਂ ਬੰਨ ਰਹੀ ਆ ਫੜਾ ਦੇ ਮੈਨੂੰ ਓ ਫੜਾ ਦੇ ਕਿੱਧਰ ਚੱਲਾਂ ਓਏ ਉਰੇ ਫੜਾ ਦੇ ਫੜ ਲਿਆ ਹੈਡ ਓਏ ਮੇਰੇ ਪਿੱਛੇ ਨਾ ਹੁਣ ਮੇਰਾ ਹੋ ਗਿਆ ਖਲੋ ਤੇਰੀ ਉਹ ਤੇਰੀ ਭੈਣ ਦਾ ਮੁੰਡਾ ਹੀਰਾ ਲੈ ਕੇ ਨੱਸ ਗਈ ਬੱਟੀ ਓਏ ਅੱਗ ਲੱਗ ਗਈ ਓਏ ਨੱਸੋ ਓਏ ਨੱਸੋ ਓਏ ਬੱਟੀ ਕਿਸ ਨੇ ਐਲਫੀ ਪਾਤੀ ਓਏ ਓਏ ਮਾਰੋ ਕੁੰਡੀ ਕਿਨੇ ਲਾਈ ਓਏ ਓਏ ਬੱਟੀ ਕਿਧਰੋਂ ਦੀ ਨਿਕਲਣਾ ਮਰਵਾ ਦਿੱਤਾ ਤੂੰ ਕੁੱਥੇ ਦੇ ਆ ਪੁੱਤਰਾ ਮੈਨੂੰ ਓਏ ਕਿਧਰੋਂ ਦੀ ਨਿਕਲਣਾ ਹੁਣ ਨੀ ਆਜਾ ਆਜਾ ਧਿਆਨ ਨਾਲ ਸੁਖਰਾ ਡੇਗਣਾ ਪਈ ਧਿਆਨ ਨਾਲ ਚੜ ਜਾ ਉੱਤੇ ਚੜ ਜਾ ਚੜ ਜਾ ਆਜਾ ਬੜ ਛੇਤੀ ਆਜਾ ਰੱਖ ਪੈਰ ਚੱਲ ਉੱਤੇ ਆਜਾ ਓਏ ਜਾ ਮਾਮਾ ਕੰਮ ਕਰ ਮੇਰੇ ਕੋਲ ਉੱਤੇ ਚੜੇ ਜਾਣਾ ਉੱਤੇ ਚੜ ਜਾ ਉੱਤੇ ਏਦਾਂ ਸਾਣ ਚੜਨਾ ਉਹ ਪੱਟ ਆਜਾ ਉਹ ਜੇ ਮੈਂ ਉੱਤੋਂ ਡੇਗ ਪਿਆ ਉੱਤੇ ਦਾ ਪੁੱਤਰ ਆਜਾ ਉਹ ਠਹਿਰ ਜਾ ਕੇ ਬਿਟ ਮੇਰੇ ਕੋਲ ਇੱਕ ਹੋਰ ਤਰੀਕਾ ਵਾ I love you.
ਗਿਆ ਫੋਨ ਬਹੁਤ ਥੋਨੀ ਤਾਂ ਲੈ ਥੋਤੀ ਦੀ ਤੁਰੀ ਤਾਂ ਦੇ ਤੋਲੋਂ ਨੇ ਥਾਂ ਦੀ ਤਈ ਆ ਉਹ ਭਾਜੀ ਘਬਰਾਓ ਨਾ ਤੁਸੀਂ ਉਹਨੇ ਬਚ ਕੇ ਜਾਣਾ ਕਿੱਥੇ ਅਨਵਰ ਸਪਾਈ ਦੇ ਥੋਂ ਬਚ ਨਹੀਂ ਸਕਦੀ ਉਹ ਬਤਵਾਸ ਬੰਦ ਤਾਲਾ ਤੇ ਤੋ ਤੇ ਤੁਰੀ ਨਹੀਂ ਥਾਂ ਵੀ ਦੇਈ ਥਾਰੀ ਤੇਰੀ ਤੇਰਾ ਥਾਂ ਵੀ ਨਾਲ ਹੀ ਧਿਆਨ ਲੈਂਦਾ ਵਾ ਤਾਲ ਨੂੰ ਦਿਓ ਤੇ ਮੈਂ ਦੋ ਥਾਤੀ ਤੈਨੂੰ ਫਰਾਤੇ ਤੇ ਤੋ ਤੇ ਉਹ ਵੀ ਨਹੀਂ ਥਾਂਬੇ ਜਾਣੇ ਫੈਤਲਾਂ ਦਾ ਤੰਮ ਥੇਥਲਾ ਨਹੀਂ ਤੇ ਥੱਦੀਆਂ ਨੂੰ ਆਂਦੇ ਬੇਤਲਿਆ ਤਾਲ ਨਹੀਂ ਤੇ ਮਾਜੋ ਤੁਸੀਂ ਥਾਲ ਹਲਾ ਤਾਤੇ ਉਹ ਭਾਜੀ ਗੁੱਸਾ ਕਿਉਂ ਕਰਦੇ ਜੇ ਮੈਂ ਤਾਂ ਦੱਸਦਾ ਹੋਇਆ ਕੀ ਆ ਉਹਨੇ ਮੈਨੂੰ ਕਿਹਾ ਕਿ ਭਰਾਵਾ ਮੇਰੇ ਢਿੱਡ 'ਚ ਵੱਟ ਫਿਰਨਦੇ ਆ ਮੈਂ ਲੈਟਰੀਨ 'ਚ ਜਾਣਾ ਮੈਂ ਕਿਹਾ ਜਾ ਕੁੜੀਏ ਚਲੀ ਜਾ ਉਹ ਭਾਜੀ ਲੈਟਰੀਨ 'ਚ ਗਈ ਕਿੰਨੀ ਦੇਰ ਬਾਹਰ ਹੀ ਨਹੀਂ ਆਈ ਜਦੋਂ ਮੈਂ ਦੇਖਿਆ ਤੇ ਭਾਜੀ ਉਹ ਰੋਸ਼ਨ ਨਾਮ ਥਾਨੀ ਬਾਹਰ ਚਲੀ ਗਈ ਸੀ ਹੁਣ ਭਾਜੀ ਉਹ ਐਡੀ ਤੇਜ਼ ਕੁੜੀ ਉੱਥੋਂ ਭਾਜੀ ਐਡੀ ਸੋਹਣੀ ਉਹ ਉੱਥੇ ਬੰਦਾ ਕੀ ਕਰੇ ਹੁਣ ਦਿੱਤੀ ਮਾਦੀ ਥੋਨੀ ਆਪਾਂ ਤੇਰੀ ਭੈਣ ਨਾਲੋਂ ਥੋਨੀ ਨਹੀਂ ਹੋ ਇਹ ਕੰਮ ਹੀ ਕੁੱਤਾ ਓਏ ਪੱਟੀ ਮਸੀ ਬਚੇ ਰਾਤੀ ਯਕੀਨ ਕਰ ਪੱਟੀ ਉਹ ਪੱਟੀ ਟਾਂਗਾ ਆਈ ਉਹ ਟਾਂਗੇ ਚੱਲਦੇ ਮਰੇ ਥੱਕ ਜਾਂਗੇ ਪੈਦਲ ਉਰਿਆ ਇੱਧਰ ਆ ਜਾ ਥੱਲੇ ਨਾ ਆ ਜਾਈ ਕਿਤੇ ਲੋਕਾਂ ਨੇ ਕਹਿਣਾ ਕੁੱਤਾ ਮਰਿਆ ਪਿਆ ਰੋਕੀ ਚਾਚਾ ਸੁਗਰਾ ਰਾਤ ਦੀ ਗੱਡੀ ਵਿੱਚ ਹੀ ਮੇਰਾ ਤੇ ਮੋਢਾ ਹਿੱਲ ਗਿਆ ਇੱਕ ਗੱਲ ਪੁੱਛ ਲਵਾਂ ਤੁਹਾਨੂੰ ਤੁਹਾਡਾ ਜੋ ਮੇਰਾ ਵਿਆਹ ਹੋ ਜਾਵੇ ਇੱਕ ਮਿਸਾਲ ਆ ਨਹੀਂ ਮਿਸਾਲ ਨਹੀਂ ਮੈਂ ਤੈਨੂੰ ਆਪ ਵਿਆਹ ਕਰਨਾ ਇਹ ਤੇ ਤੁਹਾਡੀ ਮਿਹਰਬਾਨੀ ਆ ਮੈਂ ਤੁਹਾਨੂੰ ਦੇਖਦੇ ਅੰਦਾਜ਼ਾ ਲਾ ਲਿਆ ਸੀ ਵੀ ਤੁਹਾਡਾ ਵਿਆਹ ਮੇਰੇ ਨਾਲ ਹੀ ਹੋਣਾ ਹੋਰ ਕਿਸੇ ਨਾਲ ਨਹੀਂ ਹੋ ਸਕਦਾ ਹੋ ਸਕਦਾ ਸੀ ਜੇ ਤੂੰ ਨਾ ਮਿਲਦਾ ਤੇ ਪਰ ਹੁਣ ਤੂੰ ਮਿਲ ਗਿਆ ਵਾ ਉਹ ਬੱਟੀ ਸੁਣ ਲਾ ਕੀ ਕਹਿੰਦੇ ਓਏ ਬੱਟ ਸਾਹਿਬ ਥੋੜਾ ਜਿਹਾ ਨਾਲ ਹੋ ਜਾ ਹੋਰ ਹੋਰ ਹਾਂ ਨਹੀਂ ਨਹੀਂ ਹੋਰ ਨਾਲ ਹੋਇਆ ਤੇ ਪੱਟੀ ਨੇ ਪਿੱਛੋਂ ਸਿੱਟ ਦੇਣੀ ਮੇਰੇ ਨਹੀਂ ਸਿੱਟਦਾ ਓਏ ਸਿੱਟ ਵੀ ਦਵੇ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਜਦੋਂ ਵੀ ਗੱਲ ਕੀਤੀ ਖੁੱਲ ਕੇ ਕੀਤੀ ਆ ਸਿੱਟਣ ਦਿਲ ਲਗਾ ਕੇ ਤੇ ਉਹ ਮਰ ਵੀ ਓਏ ਆ ਗਈ ਯਾਰ ਜਾਗ ਪਈ ਜੇ ਕਿੱਥੇ ਫਸਣਦੇ ਆ ਐਵੇਂ ਬੰਦਾ ਪੁੱਛੇ ਇੱਥੇ ਜਗ੍ਹਾ ਹੈਗੀ ਆ ਉਹ ਭਾਈ ਮੈਨੂੰ ਪਿੱਛੇ ਝਟਕੇ ਲੱਗਦੇ ਆ ਮੈਂ ਨਹੀਂ ਬਹਿਣਾ ਪਿੱਛੇ ਮੀਟਰ ਘੁੰਮ ਗਿਆ ਮੇਰਾ ਓਏ ਕਿਹੜੀ ਜਗ੍ਹਾ ਬੱਟ ਓਏ ਚੁੰਬਰੇ ਦਾ ਮਸ਼ਹੂਰ ਹੋਟਲ ਆ ਪੇਂਡੂ ਆ ਕਿੱਥੇ ਆ ਗਿਆ ਇੱਕ ਮਿੰਟ ਉਰੇ ਆ ਉਰੇ ਤੇ ਆ ਮੈਂ ਆਪਣੀ ਟੋਪੀ ਤੇ ਲੈ ਲਿਆ ਅੰਦਰ ਤੇ ਆ ਓਏ ਉਹ ਸਿੱਧੇ ਖੜੇ ਹੋਏ ਇੱਥੇ ਸ਼ਰੀਫ ਬੰਦਿਆਂ ਦਾ ਕੋਈ ਕੰਮ ਨਹੀਂ ਉਹ ਸਾਨੂੰ ਕਿਸੇ ਨਾਲ ਕੀ ਆਪਾਂ ਇੱਕ ਰਾਤ ਇੱਥੇ ਰਹਿਣਾ ਸਵੇਰੇ ਤੜਕੇ ਤੜਕੇ ਇੱਥੋਂ ਨਿਕਲ ਜਾਵਾਂਗੇ ਮੈਂ ਤੇ ਭਾਈ ਇੱਥੇ ਰਹਿਣਾ ਪੱਟੀ ਮੈਨੂੰ ਵੀ ਜਾਣ ਦੇ ਤੇਰੀ ਛੋਟੀ ਭੈਣ ਆਰਾਮ ਨਾਲ ਗੱਲ ਕਰਿਆ ਕਰ ਹਾਲਾਤ ਬਹੁਤ ਖਰਾਬ ਆ ਮੈਂ ਜਾਵਾਂ ਹੁਣ ਤੂੰ ਕਰਨਾ ਉੱਥੇ ਮੈਂ ਕਰਨਾ ਕੱਲੀ ਆ ਮੇਰਾ ਉੱਥੇ ਹੋਣਾ ਜ਼ਰੂਰੀ ਹੈ ਖੁਦਾ ਨਾ ਖਾਸਤਾ ਕੋਈ 19 ਹੋ ਜਾਵੇ ਇੱਥੇ ਤਾਂ ਨੂੰ ਪੁਲਿਸ ਵਾਲੇ ਤਲਾਸ਼ੀ ਵੀ ਲੈਂਦੇ ਆ ਹਰ ਅਖਬਾਰ 'ਚ ਤੁਹਾਡੀ ਤਸਵੀਰ ਆਈ ਹੈ ਪੱਟੀ ਜੇ ਉਹ ਫੜੀ ਗਈ ਬਹੁਤ ਭੈੜੇ ਫਸ ਜਾਵਾਂਗੇ ਤੈਨੂੰ ਮੈਂ ਦੱਸਦਾ ਹੀ ਠੀਕ ਆ ਪਰ ਉਹਦੇ ਨਾਲ ਮੈਂ ਰਵਾਂਗਾ ਉਹ ਤੂੰ ਰਹਿ ਲੈ ਭਾਈ ਤੂੰ ਉਹਦਾ ਭਰਾ ਵਾਂ ਜਾ ਜਿੱਦਾਂ ਮਰਜ਼ੀ ਰਹਿ ਭਾਈ ਜਾਓ ਜਾ ਰਹਿ ਮੇਰੀਆਂ ਤਾਰੀਫਾਂ ਕਰੀ ਸੁਗਰਾ ਆ ਜਾਵਾਂ ਮੈਂ ਬੰਦ ਕਰੋ ਵੱਡਾ ਦਰਵਾਜ਼ਾ ਬੰਦ ਕਰ ਯਾ ਅੱਜ ਸਾਰੀਆਂ ਗੱਲਾਂ ਸੁਣਨੀਆਂ ਪੱਟੀ ਕੀ ਕਹਿੰਦਾ ਓਏ ਕੌਣ ਆ ਭਾਈ ਦੇਖੋ ਯੇ ਕੌਣ ਆਇਆ ਭਾਜੀ ਕੱਲੇ ਹੀ ਜੇ ਕਵੋ ਤੇ ਆਵਾਂ ਓਏ ਆਉਣ ਦਾ ਤਾਂ ਕੋਈ ਰੌਲਾ ਨਹੀਂ ਸੀ ਪਰ ਪੱਟ ਹੁਣ ਬਦਲ ਗਿਆ ਤੁਸੀਂ ਵੀ ਹੁਣ ਇਹ ਕੰਮ ਛੱਡ ਦਿਓ ਨੇਕ ਹੋ ਜਾਓ ਤੁਸੀਂ ਕੋ ਚੰਗਾ ਜਿਹਾ ਬੰਦਾ ਵੇਖ ਕੇ ਉਹਦਾ ਵਿਆਹ ਕਰ ਲਓ ਤੂੰ ਵੀ ਤੇ ਚੰਗਾ ਹੀ ਆ ਮੰਮੀ ਚੰਗਾ ਹੀ ਆ ਇਹਦਾ ਮਤਲਬ ਕੀ ਹੁਣ ਮੈਂ ਤੁਹਾਡੇ ਨਾਲ ਵਿਆਹ ਕਰ ਲਵਾਂ ਜਾ ਬੀਬੀ ਚਲੀ ਜਾ ਐਵੇਂ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਪੱਟੀ ਦੀ ਭੈਣ ਨੂੰ ਹੁਣ ਧੋਖਾ ਨਹੀਂ ਦੇ ਸਕਦਾ ਅੱਛਾ ਜੀ ਸ਼ਾਹ ਜੀ ਪੱਟ ਨਵੀਂ ਟੈਨਸ਼ਨ ਪੈ ਗਈ ਪੱਟੀ ਆਇਆ 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 ਮੈਂ ਆਇਆ
ਸੁਗਰਾ ਹੁਣ ਤੂੰ ਮਾਸ਼ ਗਈ ਆ, ਹੁਣ ਮੈਂ ਤੇਰਾ ਵਿਆਹ ਕਰ ਦੇਣਾ। ਕਰ ਦੇ ਕਰ ਦੇ। ਤੂੰ ਦੱਸ ਕਿੱਥੇ ਕਰਾਂ? ਬਟ ਨਾਲ ਕਰ ਦਿਓ। ਓਏ ਸ਼ਦਾਦੀ ਲੱਗੀ ਐ। ਨਹੀਂ ਭੈਣਾ ਨਹੀਂ, ਉਹ ਕੋ ਬੰਦਿਆਂ ਚੋਂ ਬੰਦਾ ਵਾ। ਓਏ ਮਰੇ, ਉਹ ਪਾਗਲ ਹੋ ਗਏ ਆ। ਉਹਨੂੰ ਕੀ ਆ? ਉਹਨੂੰ ਕੀ ਆ? ਸੁਣ, ਸਿਗਰਟ ਉਹਨੇ ਜ਼ਿੰਦਗੀ ਚ ਮੁੱਲ ਲੈ ਕੇ ਨਹੀਂ ਪੀਤੇ। ਓਏ ਵੱਡੀ ਚਰਸ ਤੇ ਨਹੀਂ ਪੀ ਲਈ। 700 ਬੰਦੇ ਦੇ ਉਹਨੇ ਪੈਸੇ ਦੇਣੇ ਆ। ਉਹ ਭਾਈ ਮੈਂ ਕਿਹਦੇ ਪੈਸੇ ਦੇਣੇ ਆ? ਝੂਠ ਬੋਲਦੇ ਤੁਸੀਂ, ਉਹ ਇਦਾਂ ਦਾ ਨਹੀਂਗਾ, ਉਹ ਬੜਾ ਸ਼ਰੀਫ ਆ। ਸ਼ੁਕਰ ਆ, ਪੱਟੀ ਦੀਆਂ ਤੇ ਮੈਂ ਤਲਾ ਪੰਨਾ ਕੀ। ਉਹ ਚੋਰੀਆਂ ਵੀ ਕਰਦਾ ਵਾ, ਕਈ ਵਾਰੀ ਤੂੰ ਨੇ ਮੇਰੀ ਜੇਬ। ਤੂੰ ਝੂਠ ਬੋਲਦਾ ਵਾ। ਹਾਂ 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 ਹਾਂ, ਹੁਣ ਤੈਨੂੰ ਸਾਡੀਆਂ ਗੱਲਾਂ ਝੂਠ ਹੀ ਲੱਗਣੀਆਂ ਵਾ। ਤੂੰ ਜੋ ਮਰਜ਼ੀ ਕਰ ਲੈ, ਮੈਂ ਤੇਰਾ ਉੱਥੇ ਰਿਸ਼ਤਾ ਨਹੀਂ ਕਰਨਾ। ਉਹ ਬੱਟ ਆ, ਅਸੀਂ ਪੱਟੀ ਆ, ਨਾਲੇ ਮੁਲਤਾਨ ਵਾਲੀ ਫੁੱਫੀ ਨੇ ਤਾਂ ਸਾਨੂੰ ਮਿਹਨਤ ਦੇ ਦੇ ਕੇ ਮਾਰ ਦੇਣਾ ਵਾ। ਪੂਰੀ ਬਰਾਦਰੀ ਨੇ ਜੁੱਤੀਆਂ ਮਾਰ ਮਾਰ ਕੇ ਸਾਡਾ ਸਿਰ ਪੋਲਾ ਕਰ ਦੇਣਾ ਵਾ। ਹੁੰਦਾ ਤੇ ਹੋ ਜਾਏ। ਹੈਂ, ਬਕਵਾਸ ਬੰਦ ਕਰ। ਮੈਂ ਬੱਟ ਨਾਲ ਹੀ ਵਿਆਹ ਕਰਾਂਗੀ। ਉਹ ਬੱਟ ਸ਼ਰਾਬ ਪੀਣਾ ਵੇਟਰ ਵਾਕਫ ਆ। ਇੱਥੇ ਵੀ ਧਾਰ ਚੱਲਦਾ ਤੇਰਾ। ਮੁੱਲ ਲੈ ਕੇ ਪੀਤੀ ਹੈ। ਮਾਰਿਆ ਕਿਸੇ ਨੇ? ਛੱਡ ਯਾਰ, ਮੈਨੂੰ ਕਿੰਨੇ ਮਾਰਨਾ ਭਾਈ, ਨਾਲੇ ਜਿਹਦਾ ਤੇਰੇ ਵਰਗਾ ਯਾਰ ਦੋਸਤ ਹੋਵੇ ਉਹਨੂੰ ਭਲਾ ਬਾਹਰੋਂ ਹੋਰ ਕੋਈ ਮਾਰ ਸਕਦਾ? ਠੀਕ ਹੈ ਨਾ, ਤੰਗ ਨਾ ਕਰ ਮੈਨੂੰ। ਓਏ ਬੱਟ ਓਏ, ਆ ਲੈ। ਓਏ ਤੈਨੂੰ ਮੈਂ ਕਿਹਾ ਮੈਨੂੰ ਨਾ ਛੇੜ, ਤੈਨੂੰ ਮੇਰੀ ਸਮਝ ਨਹੀਂ ਲੱਗਦੀ। ਓਏ ਉੱਧਰ ਮੈਂ ਦਾਤਾ, ਉੱਧਰ ਮੈਂ ਸਿਰ ਪਾੜ ਦੇਣਾ ਅੱਜ। ਓਏ ਤੂੰ ਕੀ ਸਮਝਦਾ ਮੈਨੂੰ ਲੜਨਾ ਨਹੀਂ ਆਉਂਦਾ? ਓਏ ਮੈਨੂੰ ਵੀ ਬੜੇ ਕਰਾਟੇ ਆਉਂਦੇ, ਤੇਰੀ ਓ ਮੈਂ ਫੜੀ ਓ ਮੈਨੂੰ ਆ ਮਰ ਗਿਆ। ਬੇਟਾ ਇਹੋ ਜਿਹੀ ਸ਼ੋਹੀ ਨਹੀਂ ਕਰੀਦੀ ਹੁੰਦੀ। ਤੂੰ ਆਪਣੇ ਦੋਸਤ ਨੂੰ ਚੋਰ ਕਿਹਾ, ਆਪਣੀ ਭੈਣ ਦੇ ਅੱਗੇ ਤੂੰ ਇੰਨਾ ਝੂਠ ਬੋਲਿਆ। ਓ ਯਾਰ, ਉਹ ਤੇ ਮੈਂ ਮਜ਼ਾਕ ਕਰਨ ਆਇਆ ਸੀ। ਓ ਤੈਨੂੰ ਮੈਂ ਕਦੀ ਮਾਫ ਨਹੀਂ ਕਰਨਾ ਬੱਟੀ, ਬੜੀ ਮੁਸ਼ਕਲ ਨਾਲ ਮੈਂ ਸਹੀ ਹੋਇਆ ਸੀ। ਓ ਗੱਲ ਤੇ ਸੁਣ, ਚੱਲ ਜਾ ਇੱਥੋਂ, ਮੈਂ ਕੋਈ ਗੱਲ ਨਹੀਂ ਸੁਣਨੀ। ਅੱਜ ਤੋਂ ਬਾਅਦ ਮੈਨੂੰ ਸ਼ਕਲ ਨਾ ਵਿਖਾਈ। ਮੈਂ ਕਦੀ ਗੁੱਸਾ ਕੀਤਾ ਤੇਰੀ ਗੱਲ ਦਾ? ਆਪਣੀ ਏਰੀ ਢੋਣ ਲੱਗ ਪਿਆ। ਓਏ ਇੰਨੀਆਂ ਕੁੜੀਆਂ! ਹੈਲੋ! ਓਏ ਜਿਤਨਾ ਮਰਜ਼ੀ ਵਿਆਹ ਕਰ ਲਾ। ਓ ਚੱਲ ਚੱਲ। ਓ ਬੱਟ, ਬਸ ਕਰ ਹੁਣ। ਜਾ, ਤੈਨੂੰ ਤੇਰੀ ਭੈਣ ਦੇ ਮੂੰਹ ਨੂੰ ਛੱਡਿਆ। ਮੇਰੇ ਨਾਲ ਆ ਜਾਓ।
ਕਿਉਂ ਮੈਨੂੰ ਵਿਆਹ ਤੋਂ ਪਹਿਲੇ ਤੂੰ ਬੇਵਾ ਕਰਨਾ ਵਾ? ਏਡੇ ਖਤਰਨਾਕ ਇਲਾਕੇ ਜਾ ਗਈ ਆ। ਉਹ ਸੁਣ, ਉਹ ਪੱਟੀ ਇਹੋ ਜਿਹੇ ਵੀਡੀਓ ਗੇਮਾਂ ਦੇ ਵਿੱਚ ਨਹੀਂ ਹੁੰਦੇ ਯਾਰ। ਬਕਵਾਸ ਬੰਦ ਕਰ, ਓਏ ਮੈਨੂੰ ਤੇ ਉਹੀ ਲੱਗਣ ਦੇ ਆ। ਵੀਡੀਓ ਗੇਮਾਂ ਲਈ ਆ ਦਨਾਬ ਏ, ਚਲੋ ਮੇਰੇ ਨਾਲ ਦਨਾਬ, ਤੁਹਾਨੂੰ ਮੈਂ ਵੀਡੀਓ ਗੇਮਾਂ ਹੀ ਥਲਾਵਾਂਗਾ। ਆਦੋ ਤੁਹਾਡੀ ਬਲੀ ਮਿਹਰਬਾਨ। ਬੜਾ ਚੰਗਾ ਹੋਇਆ ਵੀ ਜਿਹੜਾ ਇਹ ਦੋਵੇਂ ਸਾਡੇ ਕਬਜ਼ੇ ਦੇ ਵਿੱਚ ਆ ਗਏ ਨੇ। ਕਿਉਂ ਥੱਥਿਆ? ਇਹਨਾਂ ਨੂੰ ਹੁਣ ਕੀ ਕਰੀਏ? ਇਹਨਾਂ ਨੂੰ ਆਪਣੀ ਭੈਣ ਦਾ ਰਿਸ਼ਤਾ ਦੇ ਦਿਓ ਜਨਾਬ। ਅੱਛਾ, ਤੈਨੂੰ ਆਪਣੇ ਮੁਲਕ ਨਾਲ ਬੜਾ ਪਿਆਰ ਹੋਏ ਤੇ ਤੇਰੇ ਨਾਲ ਨਫ਼ਰਤ। ਤੂੰ ਬੜਾ ਵੱਡਾ ਗੱਦਾਰ, ਤੈਨੂੰ ਕਿੱਦਾਂ ਪਤਾ? ਇਸ ਖੰਜਰ ਵੱਲ ਵੇਖ, ਤੇਰੇ ਅੱਬੇ ਦਾ ਖੂਨ ਹਾਲੇ ਵੀ ਉੱਤੇ ਲੱਗਾ। ਇਸੇ ਖੰਜਰ ਨੇ ਅਸੀਂ ਨੂੰ ਮਾਰਿਆ ਸੀ। ਓਏ ਤੁਸੀਂ ਮੇਰੇ ਅੱਬੇ ਨੂੰ ਮਾਰਿਆ? ਚਲੋ ਹੁਣ ਛੇਤੀ ਛੇਤੀ ਮੈਨੂੰ ਹੀਰੇ ਦਾ ਦੱਸੋ ਕਿੱਥੇ ਆ। ਯਕੀਨ ਕਰੋ ਬਾਜੀ, ਮੈਨੂੰ ਨਹੀਂ ਪਤਾ, ਉਹ ਇੱਕ ਮੁੰਡਾ ਲੈ ਕੇ ਦੌੜ ਗਿਆ ਸੀ। ਬੱਚੀ ਨੂੰ ਮਾਰਨਾ ਤੁਸੀਂ? ਓਏ ਦੱਸਦੇ ਫਿਰ ਹੀਰਾ ਕਿੱਥੇ ਆ, ਨਹੀਂ ਤੇ ਇਹਨੇ ਮਾਰੀ ਦੇਣਾ ਹੀ। ਬਲਤੇ ਇਹਨੂੰ ਮੈਂ ਮਾਰਨਾ ਦਿਓ, ਮੈਂ ਇਹਦੇ ਨਾਲ ਵਿਆਹ ਕਰੂੰਗਾ। ਠੀਕ ਆ ਬਾਤ ਸਾਹਿਬ, ਵਿਆਹ ਤੋਂ ਬਾਅਦ ਤੁਹਾਡੇ ਪੱਤੇ ਹੋਣ ਦੇ, ਤੈਨੂੰ ਮਾਮੂ ਮਾਮੂ ਤਿਆਰ ਕਰਨ ਦੇ। ਤੇ ਜੇ ਤੂੰ ਇਹਦੇ ਨਾਲ ਵਿਆਹ ਕਰਨਾ ਤੇ ਸਾਨੂੰ ਹੀਰੇ ਦਾ ਦੱਸ ਦੇ ਬਸ। ਓਏ ਤੈਨੂੰ ਕਿਹੜੀ ਜ਼ਬਾਨ ਦੀ ਸਮਝ ਲੱਗਦੀ ਹੋ? ਤੈਨੂੰ ਮੈਂ ਉਸੇ ਜ਼ਬਾਨ ਚ ਦੱਸਾਂ ਕਿ ਮੈਨੂੰ ਹੀਰੇ ਦਾ ਨਹੀਂ ਪਤਾ। ਉਹ ਮੁੰਡਾ ਭਾਈ ਮੈਨੂੰ ਨਹੀਂ ਪਤਾ ਕਿੱਥੇ ਹੀਰਾ ਲੈ ਗਿਆ, ਮੈਂ ਨਹੀਂ ਜਾਣਦਾ। ਉੱਤੋਂ ਤੂੰ ਮੇਰੇ ਹੱਥ ਬੰਨੇ ਆ, ਕਿੱਥੇ ਤੂੰ ਮੇਰੇ ਹੱਥ ਖੋਲ ਦੇਵੇ ਨਾ ਤੇ ਤੇਰੀਆਂ ਮੈਂ ਦਾਲਾਂ ਦੂਣਾ ਸਾਰੀਆਂ ਕੱਢ ਦੇ ਆ। ਓਏ ਕੁੱਤੇ ਕੇ ਬੇਟੇ, ਦੱਸ ਕੇ ਤੇ ਮਾਰ। ਓਏ ਮੇਰੀ ਗੱਲ ਸੁਣੋ, ਹੀਰਾ ਮੈਂ ਤੁਹਾਨੂੰ ਨਵਾਂ ਲੈ ਦਿਆਂਗਾ। ਛੱਡ ਦਿਓ ਕੁੜੀ ਨੂੰ, ਉਹ ਜਿੰਨੇ ਦਾ ਹੀਰਾ ਵਾ ਉਹਨੇ ਪੈਸੇ ਲੈ ਲਓ। ਉਸ ਹੀਰੇ ਦੀ ਕੀਮਤ ਦਾ ਤੈਨੂੰ ਕੀ ਪਤਾ ਹੋਏ? ਚੈਨਾ ਦੇ ਵਿੱਚ ਹੀਰਾ ਬਾਦਸ਼ਾਹ ਦੀ ਨਿਸ਼ਾਨੀ ਆ, ਇਸ ਤੋਂ ਮੈਂ ਇਸ ਹੀਰੇ ਨੂੰ ਹਾਸਲ ਕਰਕੇ ਚੈਨਾ ਤੇ ਹਕੂਮਤ ਕਰਾਂਗਾ। ਉਹ ਥੱਥਿਆ, ਤੇਰਾ ਇਹਦੇ ਚ ਕੀ ਫਾਇਦਾ? ਮੈਂ ਦਲੈਨ ਦਾ ਬਾਦਸ਼ਾਹ ਬਣ ਦਵਾਂਗਾ। ਓਏ ਤੇਰਾ ਤੇ 20ਵਾਂ ਨੰਬਰ ਆ, ਤੂੰ ਕਿੱਦਾਂ ਬਾਦਸ਼ਾਹ ਬਣ ਜਾਏਗਾ? ਓਏ ਨਹੀਂ ਦਸਵਾਂ, ਮੈਂ ਇਸ ਬੰਦੇ ਨੂੰ ਇੱਦੀ ਮੁਸ਼ਕਲ ਨਾਲ ਹੀਰਾ ਲੈ ਤੇ ਦਿੱਤਾ ਵਾ, ਇਹ ਹੁਣ ਵਿਤਲੇ 9 ਬੰਦੇ ਮਾਰੇਦਾ। ਇਹ ਦੇਖੋ, ਆ ਟਰਮੀਨੇਟਰ 2 ਦੇ ਵਿੱਚ ਆਰਨਰ ਤੋਂ ਨਹੀਂ ਫਰੀ ਹੁੰਦੀ, ਮੈਂ ਉਹ ਤੋਂ ਬੜੀ ਮੁਸ਼ਕਲ ਪੈਸੇ ਦੇ ਤੇ ਲਈ ਹੈ, ਇਹਦੇ ਨਾਲ ਦਮ ਬੜੀ ਛੇਤੀ ਹੁੰਦਾ। ਮੈਂ ਇਹਦਾ ਦਮ ਤੀਤਾ, ਹੁਣ ਇਹ ਮੇਰਾ ਤਰੇਦਾ। ਇਹਦਾ ਮਤਲਬ ਆ ਤੁਹਾਡੀ ਦੋਵਾਂ ਦੀ ਬਹੁਤ ਹੀ ਘਟੀਆ ਸੋਚ ਆ ਬਈ। ਲੰਮਿਆਂ ਪਾ ਲਵੇ ਬੰਦਾ ਤੁਹਾਨੂੰ, ਤੁਹਾਡੀ ਸਾਰੀ ਬਾਦਸ਼ਾਹਤ ਬਾਹਰ ਕੱਢ ਦੇਵੇ। ਇਹਨੂੰ ਦੱਤਰ ਹਿੱਸੇ ਦਿਓ। ਲੈ ਦੋ ਲੈ ਦੋ ਲੈ ਦੋ। ਉਹ ਇਹ ਕਰਨ ਲੱਗੇ ਜੇ ਮੈਨੂੰ ਪੁੱਛੋ, ਮੈਂ ਦੱਸਦਾ ਤੁਹਾਨੂੰ। ਹੁਣ ਸਾਰੇ ਇੰਦਲੈਂਡ ਤੇ ਮੇਰੀ ਧੂਮਤ ਹੋਏਗੀ। ਕੱਲ ਨੂੰ ਅਖਬਾਰਾਂ ਦੇ ਵਿੱਚ ਆ ਜਾਣਾ ਤੇ ਤੁਹਾਡੀ ਭੈਣ ਨੇ ਇੰਦਲੈਂਡ ਦੀ ਮਲਤਾ ਦੇ ਹਮਲਾ ਤਾਰਤੇ, ਉਹਨਾਂ ਦੇ ਸਾਰੇ ਬੰਦੇ ਮਾਰਤੇ। ਤੁਹਾਡੀ ਭੈਣ ਤੇ ਹੁਣ ਤੁਹਾਨੂੰ ਮਾਰਦੇ, ਹੁਣ ਮੈਂ ਤੁਹਾਨੂੰ ਵੀ ਮਾਰ ਦੇਣਾ। ਤਿਉਂ ਫਿਰ ਜਿੰਨੀ ਜਲਦੀ ਹੁੰਦਾ ਜਨਾਬ ਹੁਣ ਹੀਰਾ ਲੱਭ ਲਓ, ਇਹੀ ਤੁਹਾਡੇ ਲਈ ਬਿਹਤਰ ਆ। ਮੈਂ ਜਨਾਬ ਬਾਵੇ ਵਾਲੀਆਂ ਦੇਮਾਂ ਨਹੀਂ ਥੇਦਾ ਰਹਿੰਦਾ, ਮੈਂ ਹੀਰਾ ਹੀ ਲੱਭਾਂਦਾ ਹੁਣ। ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਾ ਥਿਆ, ਮੈਨੂੰ ਜੇ 1 ਘੰਟੇ ਦੇ ਵਿੱਚ ਹੀਰਾ ਨਾ ਮਿਲਿਆ ਤੇ ਮੈਂ ਵੀ ਮਲਕਾ ਤੇ ਹਮਲਾ ਨਹੀਂ ਜੇ ਕਰਨਾ। ਹਾਂਜੀ, ਤੇਰੇ ਨਾਲ ਵੀ ਮੈਂ ਨਿਪਲਾਂ ਦਾ। ਲੈ ਵੀ ਵੱਡੀ ਮਰਨ ਜੀਨ ਤੇ ਲੜਕੇ ਆ, ਧਿਆਨ ਨਾਲ ਸੁਣੀ ਹੁਣ। ਤੈਨੂੰ ਹੁਣ ਮੈਂ ਇੱਕ ਸੱਚੀ ਗੱਲ ਦੱਸਣ ਲੱਗਾ ਈ। ਓਏ ਤੂੰ ਸੱਚ ਵੀ ਬੋਲਦਾ? ਸੁਣ, ਤੇਰੇ ਪੈਸੇ ਮੈਂ ਜੂਏ ਚ ਨਹੀਂ ਸੀ ਹਰੇ, ਮੈਂ ਉਹਨਾਂ ਦੀ ਇੱਕ ਕਿਤਾਬ ਲਿਖ ਕੇ ਮਾਰਕੀਟ ਚ ਭੇਜੀ ਸੀ। ਉਹ ਤੇਰਾ ਕਿਤਾਬ ਦੇ ਨਾਲ ਕੀ ਤਲਕ ਹੋਏ? ਬਹੁਤ ਭੈੜੇ ਤਰੀਕੇ ਦੇ ਨਾਲ ਫੇਲ ਹੋ ਗਈ ਕਿਤਾਬ। ਹਾਂ, ਓਏ ਉਮਰੋ ਯਾਰ ਅਲੀ, ਓਏ ਉਹ ਕਿਤਾਬ ਤੂੰ ਲਿਖੀ ਸੀ? ਆਹੋ ਯਾਰ, ਬੜੀ ਵੱਡੀ ਗਲਤੀ ਹੋ ਗਈ ਮੇਰੇ ਕੋ। ਓਏ ਉਹਦਾ ਹੀ ਤੂੰ ਮੈਨੂੰ ਗਾਲਾਂ ਕੋ ਕੱਢੀਆਂ? ਉਹ ਪੱਟੀ, ਹੋਰ ਕੋਈ ਸਟੋਰੀ ਨਹੀਂ ਮੇਰੀ ਸਮਝ ਚ ਆਈ। ਮੈਂ ਕਿਹਾ ਫਿਰ ਤੇਰੀ ਧੀ ਭੈਣ ਇਹ ਕਰਦੀ ਏ। ਤੂੰ ਚੰਗਾ ਨਹੀਂ ਕੀਤਾ। ਮੈਨੂੰ ਕੀ ਪਤਾ ਸੀ ਕਿ ਮੈਨੂੰ ਤੇਰੀ ਉਸੇ ਭੈਣ ਦੇ ਨਾਲ ਹੀ ਪਿਆਰ ਹੋ ਜਾਣਾ ਵਾ। ਬਟ ਤੂੰ ਵਾਕਈ ਮੇਰੀ ਭੈਣ ਨਾਲ ਪਿਆਰ ਕਰਦਾ? ਆਹੋ ਯਾਰ, ਜੇ ਆਪਾਂ ਇੱਥੋਂ ਬਚ ਕੇ ਨਿਕਲ ਗਏ ਤੇ ਮੈਂ ਤੈਨੂੰ ਆਪਣਾ ਬਹਿਨੋਈ ਮੰਨ ਲਾਂਗਾ। ਵਾਕਈ? ਪਰ ਇੱਕ ਗੱਲ ਸੁਣ ਲਾ, ਮੇਰੀ ਭੈਣ ਨੂੰ ਕੋਈ ਟੈਨਸ਼ਨ ਨਾ ਦੇਈ। ਉਹ ਕਿਹੋ ਜਿਹੀ ਗੱਲ ਕਰਦਾ? ਉਹ ਕਿੱਧਰ ਭਾਈ? ਉਹ ਪੱਟੀਆ ਬੰਦਾ ਪੁੱਠਾ ਹੀ ਤੁਰਿਆ ਜਾਂਦੇ ਆ। ਉਹ ਮਰੇ ਹੋਣੀ ਪੁੱਠਾ, ਸਾਨੂੰ ਅਗਲੇ ਨੇ ਪੁੱਠਿਆਂ ਟੰਗਿਆ ਵਾ। ਓਏ ਉਹ ਪੱਟੀ, ਉਹ
ਬੱਡੀਆ ਕਰਨ ਲਗਾਈ ਓਏ ਬੱਡੀ ਨੇ ਛੱਡਣਾ ਹੈ ਸਾਨੂੰ ਲੱਗਦਾ ਓ ਬੱਡੀ ਕੋ ਤਰੀਕਾ ਸੋਚ ਯਾਰ ਓਏ ਕਿੱਥੇ ਚੱਲਾ ਮੈਨੂੰ ਛੱਡ ਗਏ ਓਏ ਓਏ ਬੱਡੀ ਓ ਬੱਡੀ ਠੀਕ ਆ ਓ ਮੈਨੂੰ ਵੀ ਖੋਲ ਮਰੇ ਓ ਬੱਡੀ ਮੈਨੂੰ ਵੀ ਖੋਲ ਓ ਬੱਡੀ ਓਏ ਮੇਰੇ ਲੱਕ ਤੇ ਛੋਟੇ ਨਾ ਮਾਰ ਆਏ ਓ ਕਿੱਥੇ ਚੱਲਾ ਬੱਡੀ ਓਏ ਬੱਡੀ ਮੈਨੂੰ ਵੀ ਖੋਲ ਓਏ ਓਏ ਬੱਡੀ ਮੈਂ ਗਿਆ ਓਏ ਬੱਡੀ ਮੈਂ ਡੁੱਬ ਚੱਲਾ ਓਏ ਨੌਕਰੀ ਛੱਡਣ ਤੋਂ ਬਾਅਦ ਮੈਂ ਸ਼ਰਾਬ ਵੀ ਪੀਂਦਾ ਵਾ ਓਏ ਨੌਕਰੀ ਕੋ ਛੱਡੀ ਓ ਉਸ ਕੁੜੀ ਦੀ ਵਜ੍ਹਾ ਤੋਂ ਛੱਡੀ ਆ ਕੋਈ ਨੀ ਫੇਰ ਮਿਲ ਜੂਗੀ ਮੈਂ ਨੀ ਕਰਦਾ ਅੱਜ ਤੋਂ ਬਾਅਦ ਮੈਂ ਪੁਲਿਸ ਦੀ ਨੌਕਰੀ ਕਰਨੀ ਨੀ ਬਸ ਜੋ ਮਰਜ਼ੀ ਹੋ ਜਾਏ ਆਲੂ ਮਟਰ ਵੇਚ ਲਿਆ ਕਰੂ ਮੈਂ ਗਲੀਆਂ ਦੇ ਵਿੱਚ ਸਹੀ ਆ ਅਸੀਂ ਸੁਗਰਾਂ ਨੂੰ ਬਚਾਉਣਾ ਵਾ ਸੁਗਰਾਂ ਥੱਥੇ ਦੇ ਕਬਜ਼ੇ ਚ ਸੁਗਰਾਂ ਨੇ ਹੀਰਾ ਨੇ ਚੋਰੀ ਕੀਤਾ ਹੀਰਾ ਥੱਥੇ ਨੇ ਚੋਰੀ ਕੀਤਾ ਸੀ ਗੱਲ ਕਰਨ ਤੋਂ ਪਹਿਲੇ ਇਹ ਤੇ ਸੋਚ ਤੇਰੇ ਕੋਈ ਸਬੂਤ ਹੈਗਾ ਬਗਲਾ ਲਾਉਣ ਵਾਲੇ ਉਸਤਰੇ ਸਬੂਤ ਚਾਹੀਦਾ ਆ ਲੈ ਸਬੂਤ ਤੇ ਇਹਦੇ ਹਲ ਵੇਖ ਕੇ ਸਾਨੂੰ ਦੱਸ ਕਿ ਉਹ ਬੱਚਾ ਇਸ ਟਾਈਮ ਕਿੱਥੇ ਆ ਉਹ ਬੱਚਾ ਇਸ ਟਾਈਮ ਥੱਥੇ ਦੇ ਕੋਲ ਓਏ ਥੱਥੇ ਦੇ ਘਰ ਦੇ ਵਿੱਚ ਵੜਨਾ ਕਿਧਰੋਂ ਦੀ ਆ ਕਿਉਂ ਮੈਨੂੰ ਵੀ ਮਰਵਾਉਣਾ ਤੁਸੀਂ ਕਿਧਰੋਂ ਦੀ ਵੜੋਗੇ ਓਏ ਆਹੋ ਬਾਜੀ ਇਹ ਕਿੱਦਣ ਖੁੱਲੂ ਖੁੱਲ ਗਿਆ ਓਏ ਦਫਾ ਹੋ ਜਾ ਇਥੋਂ ਉਹ ਮੈਨੂੰ ਵੀ ਦੱਸੋ ਕੁਛ ਓਏ ਤੇਰੇ ਕੋ ਚੁੱਪ ਕਰਕੇ ਕਿਤੇ ਨਹੀਂ ਖਲੋਤਾ ਜਾਂਦਾ ਤੂੰ ਹਰ ਜਗ੍ਹਾ ਤੇ ਬਕਵਾਸ ਲਾਜ਼ਮੀ ਕਰਨੀ ਹੁੰਦੀ ਆ ਵਾਲ ਦੇਖੋ ਇਹਦੇ ਲੱਗਦਾ ਨਹੀਂ ਪਿਛਲੇ ਕਮਰੇ 'ਚ ਰਿੱਛ ਬੰਨੇ ਆ ਹਰ ਜਗ੍ਹਾ ਨੇ ਆਪਣੀ ਉਸਤਾਦੀ ਤਾਂ ਹੋਣੀ ਹੁੰਦੀ ਆ ਜੇਲਰ ਸਾਹਿਬ ਖੋਲ ਲਓ ਛੇਤੀ ਨਹੀਂ ਤੇ ਮੈਂ ਤੁਹਾਡੇ ਵੀ ਸਿੱਟ ਦੇਣੀ ਜੇ ਓਏ ਕੀ ਤੁਣੇ ਹੋਏ ਓਏ ਵੱਡੀ ਬੜੀ ਚੀਜ਼ ਆ ਤੂੰ ਓਏ ਮੈਂ ਉਧਰ ਵੇਖਦਾ ਤੁਸੀਂ ਇਧਰ ਵੇਖੋ ਓਏ ਕੀ ਲਿਖਿਆ ਚੰਗੇਜ਼ ਖਾਨ ਓਏ ਗੰਦੇ ਆਇਆ 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 ਐਨੂੰ ਆਇਆ ਆਇਆ
ਆਇਆ ਅੱਜ ਨਹੀਂ ਪੁੱਤ ਮੈਂ ਤੈਨੂੰ ਛੱਡਦਾ ਓਏ ਨਾ ਮਾਰੀ ਓਏ ਕਿੱਥੇ ਗਿਆ ਓਏ ਹਰਾਮ ਦਿਆ ਅੱਜ ਨਹੀਂ ਮੈਂ ਛੱਡਾਂ ਤੈਨੂੰ ਦੌੜ ਜਾ ਹੁਣ ਮੈਨੂੰ ਨਜ਼ਰ ਨਾ ਇੱਥੇ ਦੌੜ ਜਾ ਬਟ ਹੀਰਾ ਲੱਭ ਗਈ ਬੱਟੀ ਆਵੇ ਹੀਰਾ ਮੇਰੇ ਵੱਲ ਸੁੱਟ ਦਿਓ ਹਰ ਜਗ੍ਹਾ ਲੱਤ ਉਡਾਉਣੀ ਹੁੰਦੀ ਇਹਨੇ ਐਡੀ ਮੁਸ਼ਕਲ ਨਾਲ ਉੱਥੋਂ ਨਸੇ ਸਾਂ ਚਲੋ ਫੇਰ ਉੱਥੇ ਹੀ ਉੜ ਓਏ ਤੁਹਾਨੂੰ ਪਤਾ ਅੱਜ ਉੱਥੇ ਪਟਾਕੇ ਪਟੂਕੇ ਬੜੇ ਚੱਲਣੇ ਜੇ ਪਟਾਕੇ ਚੱਲਣੇ ਹਾਂ ਅੱਜ ਮੁਲਕਾਂ ਨੂੰ ਪੂਰੇ 50 ਸਾਲ ਹੋ ਜਾਣੇ ਰਾਜਗੱਦੀ ਤੇ ਬੈਠੀ ਨੂੰ ਇਸੇ ਖੁਸ਼ੀ ਦੇ ਵਿੱਚ ਪੂਰੇ ਮੁਲਕ ਵਾਲਿਆਂ ਨੇ ਬੜਾ ਵੱਡਾ ਜਲਸਾ ਰੱਖਿਆ ਵਾ ਸੁਗਰਾਂ ਕਿੱਥੇ ਹੋਣੀ ਤੈਨੂੰ ਪਤਾ ਸੁਗਰਾਂ ਵੀ ਉੱਥੇ ਹੀ ਹੋਣੀਆਂ ਪਰ ਮੈਨੂੰ ਲੱਗਦਾ ਅੱਜ ਥੱਥੇ ਨੇ ਸੁਗਰਾਂ ਨੂੰ ਮਾਰ ਦੇਣਾ ਵਾ ਓਏ ਪੱਟੀ ਸੁਗਰਾਂ ਨੂੰ ਬਚਾਓ ਚੱਲਦੇ ਆ ਮੈਨੂੰ ਹਰ ਵਾਰੀ ਛੱਡ ਦਿੰਦੇ ਤੁਸੀਂ ਤੇਰਾ ਕੁਛ ਕਰਨਾ ਹੀ ਪੈਣਾ ਮੈਨੂੰ ਮਾਮਾ ਹਰ ਜਗ ਓਏ ਓਏ ਖੋਲ ਦੇ ਯਾਰ ਵੇਲਾ ਆਇਆ ਪੱਟੀ ਉਹ ਪਰੇ ਦੇ ਉੱਤੇ ਉੱਤੇ ਕੱਪ ਗਿਆ ਜੀ ਮਾਮਾ ਓਏ ਧਿਆਨ ਨਾ ਮਰੇ ਉਹਨਾਂ ਨੂੰ ਪਤਾ ਨਾ ਲੱਗਿਆ ਜਾ ਓਏ ਆ ਲੈ ਫੜ ਟੋਪੀ ਫੜਾਓ ਓਏ ਤੇਰੇ ਅੱਗੇ ਪਿੱਛੇ ਕੋਈ ਨਹੀਂ ਨਹੀਂ ਮੇਰੇ ਅੱਗੇ ਪਿੱਛੇ ਕੋਈ ਵੀ ਨਹੀਂ ਤੂੰ ਮੇਰਾ ਭਰਾ ਬਣੇਗਾ ਹਾਂ ਮੈਂ ਤੁਹਾਡਾ ਛੋਟਾ ਭਰਾ ਬਣੂਗਾ ਅੱਜ ਤੋਂ ਬਾਅਦ ਫਿਰ ਮੈਨੂੰ ਵੱਡਾ ਭਰਾ ਸਮਝੀ ਠੀਕ ਹੈ ਨਾ ਕੀ ਤੇਰਾ ਹਰਾਮ ਤੇ ਆ ਪੋਮੀ ਨਾ ਹੀ ਮੇਰਾ ਸਮਝਿਆ ਕਿੱਡੀ ਸੋਹਣੀ ਲੱਗਦੀ ਏ ਰੋਂਦੀ ਪਰ ਕਿਸ ਕੰਮ ਓਏ ਨੂਰਿਆ ਸ਼ੁਰਲੀਆਂ ਪਟਾਕੇ ਚੱਲਣ ਤੋਂ ਠੀਕ ਇੱਕ ਮਿੰਟ ਬਾਅਦ ਇਹਦੀ ਧੌਣ ਲਾ ਦੀ ਓਏ ਸਮਝ ਗਿਆ ਸੁਗਰਾ ਇੱਥੇ ਹੀ ਆ ਬੱਟ ਮੈਨੂੰ ਬਚਾਉਣ ਚੱਲਾ ਰਾਜਾ Thank you.
ਘਬਰਾਈ ਨਾ ਸੁਗਰਾ, ਚਪੇੜ ਕੋ ਮਾਰੀ ਆ, ਇੰਨੀ ਦੇਰ ਨਾਲ ਆਇਆ ਸੁਗਰਾ। ਤੈਨੂੰ ਮੈਂ ਕਿਹਾ ਸੀ ਮਿੱਠਾ ਪਾਨ ਲਿਆ ਕੇ ਦੇਈ। ਇਸ ਟਾਈਮ ਕਿੱਥੋਂ ਲਿਆ ਤਾ ਦਵਾਂ ਮੈਂ ਮਿੱਠਾ ਪਾਨ? ਕਿਉਂ, ਜਿੱਥੋਂ ਮਰਜ਼ੀ ਲੈ ਆ, ਸਾਰੀ ਰਾਤ ਦੁਕਾਨਾਂ ਖੁੱਲੀਆਂ। ਅੱਥਾ ਮੈਂ ਤੋਈ ਮੁੰਡਾ ਭੇਜ ਤੇ ਤੁਹਾਨੂੰ ਮੰਦਵਾ ਦੇਣਾ ਮਿੱਠਾ ਪਾਨ, ਠੀਕ ਹੈ? ਮੈਂ ਹੁਣ ਜਰਾ ਦਮ ਚੱਲਾਂ, ਨਾਲ ਇੱਕ ਛੋਟੀ ਡੱਬੀ ਕੈਪਟਨ ਦੀ ਵੀ ਲੈ ਆਈ। ਆਖਰੀ ਵਾਰੀ ਥਾ ਪੀ ਲੋ ਜੋ ਥਾਣਾ ਪੀਣਾ। ਓਏ ਓਏ ਕੁੜੀ ਇੱਥੇ ਕੀ ਕਰਦੀ ਆ? ਓਏ ਉਹ ਫੜ ਲੋ ਨੂੰ। ਗੋਲੀ ਮਾਰ ਕੇ ਨੱਸ ਗਿਆ। ਮੈਂ ਇਹਦਾ ਧਿਆਨ ਰੱਖਦੀ ਹਾਂ, ਤੁਸੀਂ ਉਹਦੇ ਪਿੱਛੇ ਜਾਓ ਜਾਓ। ਇੱਥੇ ਹੀ ਰਹੀ, ਇੱਥੇ ਹੀ ਆ। ਪੱਟੀ ਚੱਲ ਉਹਨੂੰ ਫੜੀਏ।
ਲੈ ਆਪਣੀ ਤਾਸ਼, ਮੈਂ ਵੀ ਆਵਾਂ। ਤੂੰ ਜੇਲਰ ਦਾ ਧਿਆਨ ਰੱਖ, ਮੈਂ ਹੁਣੇ ਆਇਆ। ਓਏ ਆਜਾ। ਓਏ ਮਰੇ ਮਾਰ ਹੀ ਨਾ ਦੇਈ। ਓਏ ਵੱਡੀ ਬਚ ਗਿਆ ਤੂੰ। ਓਏ ਵੱਡੀ, ਓਏ ਕਿੱਧਰ ਮਾਮਾ ਚੜੀ ਜਾਂਦਾ। ਓਏ ਉਹ ਗੱਲ ਸੁਣ, ਓਏ ਵੱਡੀ ਤੂੰ ਮੇਰੇ ਨਾਲ ਰਹੀ ਨਹੀਂ ਤੇ ਮੈਂ ਉਹਨੂੰ ਮਾਰ ਦੇਣਾ, ਇੱਧਰ ਮੈਂ ਦੱਸ ਦਿੱਤਾ ਈ। ਬਟ ਤੂੰ ਇੱਧਰ ਵੇਖ, ਮੈਂ ਉੱਧਰ ਵੇਖਦਾ। ਓਏ ਵੱਡੀ ਜੇ ਮੇਰਾ ਦਾਅ ਲੱਗੇ ਤੇ ਮੈਂ ਉਹਨੂੰ ਮਾਰ ਦਵਾਂ। ਆਹੋ ਮਾਰ ਦੇਈ। ਠੀਕ ਆ। ਓਏ ਕਿੱਥੇ ਗਿਆ ਉਹ ਥੱਥਿਆ? ਵੱਡੀ ਇੱਧਰ ਨਹੀਂ ਆਇਆ ਹੈਗਾ, ਉੱਤੇ ਹੀ ਆਓ। ਵੱਟ ਓਏ ਉੱਤੇ ਚੜ ਕੇ ਵੇਖ, ਕੁਛ ਨਹੀਂ ਕਹਿੰਦਾ ਤੈਨੂੰ। ਓਏ ਮੈਨੂੰ ਉਹਨੇ ਕੀ ਕਹਿਣਾ? ਏ ਪਰਵਾਹ ਤਾਈ ਵੱਡੀ। ਓਏ ਓਏ ਮੈਂ ਕਰਾਰੀ ਜੀ ਨਾ ਪੈਰ ਆ ਜੇ। ਆਏ ਓਏ ਆ ਜਾ ਬਾਹਰ, ਇੱਧਰ ਮੈਂ ਕੁਛ ਨਹੀਂ ਕਹਿੰਦਾ। ਓਏ ਓਏ ਡਰਦਾ ਕਿਉਂ ਆ? ਬਾਹਰ ਆ ਜਾ। ਓਏ ਓਏ ਛੱਡ ਦਿਆਂਗਾ ਮੈਂ ਤੈਨੂੰ। ਓਏ ਡਰ ਗਿਆ ਥੱਥਿਆ। ਦਲਾਨਾ ਬਿਠਾ ਲਈ। ਜੀ ਥੱਲੇ ਗਿਆ ਸੀ। ਓਏ ਸੂਰਾ, ਪੱਤੀ ਓਏ ਆਦਾ ਬੇਤੇ ਆਏ। ਓਏ ਓਏ ਏਡੀ ਵੱਡੀ ਕੜੀ, ਓਏ ਉਹਦਾ ਸੈੱਲ ਕਿੱਡਾ ਕੁ ਹੋਊਗਾ? ਓਏ 12:15 ਹੋ ਗਏ। ਆਏ ਮੈਂ ਕੰਮ ਵੀ ਜਾਣਾ ਸੀ ਇੱਕ। ਓਏ ਆਏ ਸਾਹਿਬ ਜੀ, ਤੁਸੀਂ ਥੱਲੇ ਡਿੱਗ ਪਏ, ਅੱਧੇ ਘੰਟੇ ਬਾਅਦ ਤੁਸੀਂ ਜ਼ਮੀਨ ਤੱਕ ਪਹੁੰਚਣਾ ਵਾ, ਇਹ ਮੈਂ ਤੁਹਾਨੂੰ ਦੱਸ ਦਿੱਤਾ ਜੀ। ਉੱਤੋਂ ਬੂਟ ਵੀ ਤਿਲਕਣੇ ਆ। ਹਲੋ ਹਲੋ ਫੇਲ ਫਲੋ। ਓਏ ਮੈਂ ਮਰ ਗਿਆ।
ਹੱਦ ਤੋਂ ਬਾਅਦ ਲੜੇ ਦਾ ਇੱਕ ਮੌਕਾ ਹੋਰ ਆਖਰੀ ਹੁਣ ਮੇਰੀ ਵਾਰੀ ਤੂੰ ਪੱਟ ਨੂੰ ਮਾਰਿਆ ਪੱਟੀ ਥੋੜਾ ਪਿੱਛੇ ਹੋ ਯਾਰ ਪੜ ਥਾਲੇ ਛਾਲ ਮਾਰ ਚੁੱਪ ਬਲੈਡੀ ਫੂਲ ਮਾਰ ਫੇਥੀ ਮੇਰੀ ਗੱਲ ਸੁਣ ਪਹਿਲੇ ਤੂੰ ਛਾਲ ਮਾਰ ਬਾਅਦ ਚ ਮੈਂ ਮਾਰਾਂਗਾ ਮਰਾਂਗੇ ਤੇ ਇਕੱਠੇ ਅੱਜ ਤੇਰਾ ਆਖਰੀ ਇਮਤਿਹਾਨ ਪੱਟ ਤਿੰਨ ਤੱਕ ਗਿਣ ਓਏ ਮਰਵਾ ਤਾ ਇੱਕ ਦੋ ਤਿੰਨ ਆਪਣੀ ਮਰਜ਼ੀ ਦਾ ਸੈੱਟ ਲੈ ਲਈ 300 ਵਾਲਾ ਕਾਰਡ ਪਵਾਈ ਤੇ ਮੌਜ ਕਰੀ ਤੂੰ ਸੁਣਿਆ ਆਲੂ ਮਟਰ ਵੇਚਣੇ ਆ ਚੁੱਪ ਕਰਕੇ ਆਪਣੀ ਡਿਊਟੀ ਤੇ ਆ ਤੇ ਤੇਰੀ ਤਨਖਾਹ ਅੱਜ ਤੋਂ 3000 ਨਹੀਂ 3100 ਹੋ ਗਈ ਆ ਖੜੇ ਹੋ ਜਾਓ ਉਧਰ ਮੂੰਹ ਕਰ ਲੋ ਖਾਲਾ ਦਾ 5-7 ਧਾਰ ਲੱਗ ਗਿਆ ਜੀ ਸਾਰੀ ਜ਼ਿੰਦਗੀ ਇਹਦੀ ਮਾਂ ਨੇ ਸਬਜ਼ੀ ਮੁੱਲ ਲੈ ਕੇ ਨੀ ਪਕਾਈ ਉਹ ਮਾਮਾ ਨਹੀਂ ਪਕਾਈ ਫੇਰ ਅੱਛਾ ਗੱਲ ਸੁਣ ਆਪਣੇ ਵਿਆਹ ਤੇ ਮੈਨੂੰ ਲਾਜ਼ਮੀ ਬੁਲਾਈ ਮੈਂ ਆਉਂਗਾ ਕਿਸੇ ਨੂੰ ਤਾਂ ਬਖਸ਼ ਦਿਆ ਕਰ ਬੱਟ ਤੂੰ ਉਹ ਮੈਨੂੰ ਭੱਟੀ ਕੋਈ ਨੀ ਬਖਸ਼ਦਾ ਤੂੰ ਕਿਹੜਾ ਮੇਰੇ ਨਾਲ ਘੱਟ ਕਰਦਾ ਨਾ ਕੁੱਤੇ ਵਾਂਗੂ ਮੈਨੂੰ ਵਾਊ ਵਾਊ ਕਰਕੇ ਪੈ ਜਾਂਦਾ ਮੈਨੂੰ ਦਹਾ ਮੈਂ ਇਹਨੂੰ ਖੋਲਦਾ ਉਹ ਤੋੜਨਾ ਨਹੀਂ ਉਹ ਮਾਮਾ ਤੋੜਨਾ ਨਹੀਂ ਮਾੜਦਾ ਮੈਂ ਛੱਡ ਹੋ ਗਿਆ ਉਹ ਪੜਦੇ ਨਹੀਂ ਪੜ ਛੱਡਦੇ ਤੈਨੂੰ ਮੈਂ ਕਹਿ ਨਹੀਂ ਛੱਡਦੇ ਇਹਨੂੰ ਓਏ ਪੱਟੀ ਆ ਬੀੜੇ ਜੇ ਦੇ ਉੱਤੇ ਪਤਾ ਨਹੀਂ ਕੀ ਲਿਖਿਆ ਈ ਓਏ ਛੱਡਦੇ ਇਹਨੂੰ ਆਪਣੀ ਛੋਟੀ ਭੈਣ ਦਾ ਧਿਆਨ ਰੱਖੀ
ਉਹਨੂੰ ਘਰੋਂ ਦੌੜਨ ਦੀ ਬੜੀ ਭੈੜੀ ਆਦਤ ਸੀ। ਉਹ ਪੱਟੀ ਨੂੰ ਮੜਾ ਕੇ ਤੇ ਗਲ ਚ ਪਾ ਲਈ। ਇਹਨੂੰ ਲਾਗੇ ਜਾ ਕੇ ਦੇਖ ਲਾਂ ਪੱਟੀ ਮੈਂ। ਆਓ ਜਨਾਬ ਮੈਂ ਚੜਾਉਣਾ। ਆਏ ਦੇਗੀ ਨਾ ਪਿਓ। ਓਏ ਪੱਟੀ ਫੁੱਲ ਬਗੈਰਾ ਧੋ ਕੇ ਟੰਗ ਚ ਬਈ, ਮੈਂ ਤੇਰੀ ਭੈਣ ਨਾਲ ਬੜੀਆਂ ਗੱਲਾਂ ਕਰਨੀਆਂ ਜੀ, ਤੈਨੂੰ ਦੱਸਦਾ ਮੈਂ। ਲਓ ਜੀ ਪੱਟੀ ਸਾਹਿਬ ਫਿਲਮ ਤੇ ਗਈ ਜੇ ਮੁੱਕ। ਪੱਟੀ ਨੀ ਕਹਿਣਾ ਮੈਨੂੰ ਹੁਣ। ਉਹ ਭਾਈ ਫਿਲਮ ਦੇ ਵਿੱਚ ਪੱਟੀ ਪੱਟੀ ਕਹਿ ਕੇ ਮੈਨੂੰ ਆਦਤ ਪੈ ਗਈ ਹੈ, ਮੇਰੀ ਹੁਣ ਜ਼ਬਾਨ ਤੇ ਚੜ ਗਿਆ, ਮੈਂ ਕੀ ਕਰਾਂ ਦੱਸ। ਬਸ ਉਹ ਯਾਰ ਤੂੰ ਸ਼ੂਟਿੰਗ ਕਰਦਿਆਂ ਕਰਦਿਆਂ ਮੇਰਾ ਕੁੱਤੇ ਹਲਾਲ ਕਰ ਦਿੱਤਾ, ਮੈਂ ਤੈਨੂੰ ਕੁਛ ਕਿਹਾ ਦੱਸ? ਮੈਨੂੰ ਭੁੱਲ ਗਿਆ ਮਾਮਾ, ਛੋਟੇ ਹੁੰਦੇ ਇਕੱਠੇ ਹੀ ਆਪਾਂ ਫਿਰਦੇ ਰਹੇ ਹਾਂ। ਅੱਜ ਤੂੰ ਜੈਕੀ ਚੰਨ ਸਾਹਿਬ ਬਣ ਗਿਆ ਤੇ ਤੇਰੇ ਨੂੰ ਪੱਟੀ ਨਾ ਕਹੀਏ ਸੀ। ਮਾਮਾ ਜੇ ਮੈਂ ਸ਼ੂਟਿੰਗ ਕਰਦਾ ਕਰਦਾ ਕਲਾਕ ਤੋਂ ਥੱਲੇ ਡਿੱਗ ਪੈਂਦਾ ਤੇ ਕੌਣ ਜ਼ਿੰਮੇਵਾਰ ਸੀ? ਦੱਸ ਹਾਂ, ਸ਼ੂਟਿੰਗ ਕਰਦਿਆਂ ਜੇ ਤੂੰ ਉੱਤੋਂ ਡਿੱਗ ਹੀ ਪੈਂਦਾ ਤੇ ਚੰਗਾ ਸੀ।